ਉਸ ਵੇਲੇ ਤਕਰੀਬਨ ਮੇਰੀ 14 ਸਾਲ ਉਮਰ ਸੀ। 14 ਸਾਲ ਉਮਰ ਸੀ। ਹਾਂ, ਮੈਂ ਅੱਜ ਵੀ ਖਾਨਕੋਟ ਦਾ ਪੂਰਾ ਨਕਸ਼ਾ ਪੈਨਸਲ ਨਾਲ ਬਣਾ ਦਿੰਦਾ। ਤੁਹਾਡਾ ਜ਼ਿਹਨ ਦੇ ਵਿੱਚ? ਹਾਂ, ਮੇਰਾ ਜ਼ਿਹਨ ਐਸੀ ਉਸ ਵੇਲੇ ਤੁਹਾਡੇ ਸਕੂਲਾਂ 'ਚ ਤੁਸੀਂ ਪੜ੍ਹੇ? ਹਾਂਜੀ। ਸਿੱਖਾਂ ਦੇ ਬੱਚੇ ਵੀ ਯਾਰ ਹੋਣੇ ਨੇ ਉਦੋਂ? ਨਾਲ ਸਰ ਗਏ। ਕੀ ਨਾਂ ਤੁਹਾਡੇ ਕਲਾਸ ਪਹਿਲਵਾਨ ਦੇ? ਆਪਣੇ ਨਾਂ ਦੱਸੋ ਜਿਹੜੇ। ਇੱਕ ਦੇ ਨਾਂ ਤੇ ਜੁੱਗੀ ਸੀ। ਜੁੱਗੀ? ਜੁੱਗੀ, ਉਹ ਸਿੱਖ ਮੁੰਡਾ ਸੀ। ਕਿਹੜੇ ਸਕੂਲ? ਬੱਲੇ 'ਚ। ਅੱਛਾ ਅੱਛਾ, ਪ੍ਰਾਇਮਰੀ ਸਕੂਲ ਸੀ? ਪ੍ਰਾਇਮਰੀ ਸਕੂਲ ਦੇ ਵਿੱਚ। ਇੱਕ ਨੰਨ ਮੁੰਡਾ ਹੁੰਦਾ ਸੀ ਇਹ ਬਾਹਮਣਾ ਦਾ। ਉਹ ਕਿਹੜੇ ਪਿੰਡ ਦਾ ਸੀ? ਉਹ ਵੀ ਬੱਲੇ ਦਾ ਸੀਗਾ। ਉਹਨਾਂ ਦਾ ਮੇਰਾ ਜਿਹੜਾ ਸੁਬਹ ਜਾਂਦੇ ਆ, ਸਾਨੂੰ 10 ਸਵਾਲ ਮਿਲਦੇ ਸਨਗੇ ਜ਼ਬਾਨੀ, ਸਲੇਟ ਤੇ ਲਿਖਣੇ ਆ ਤੇ ਉਹਨਾਂ ਦੇ ਜਵਾਬ ਅਸੀਂ ਜ਼ਬਾਨੀ ਲਿਖ ਕੇ ਦਿੰਦੇ ਸਾਂ, ਜਿਨ੍ਹਾਂ 'ਚ ਮੇਰੇ ਤਕਰੀਬਨ 90-95% ਉਹਨਾਂ ਦਾ ਮੇਰਾ ਹਰ ਰੋਜ਼ ਸੁਬਹ ਕੰਪੀਟੀਸ਼ਨ ਹੁੰਦਾ ਸੀ। ਤੁਹਾਡੇ 11 ਦਾ? 11 ਮੇਰਾ ਸਾਰਾ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਟੱਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ। ਜ਼ਿਲ੍ਹੇ ਅੰਮ੍ਰਿਤਸਰ ਦੇ ਵਿੱਚ ਸਫਾਈ ਦੇ ਵਿੱਚ ਇੱਕ ਨੰਬਰ ਆਉਂਦਾ ਸਾਡਾ ਪਿੰਡ ਹੈ ਸੀ, ਕੱਚਾ, ਗਲੀਆਂ ਪੱਕੀਆਂ ਸਨ, ਪਾਣੀ ਸਾਰਾ ਗਲੀਆਂ ਦਾ ਜਿੰਨਾ ਸੀ ਸਾਰਾ ਬਾਹਰ ਜਾਂਦਾ ਸੀਗਾ। ਦਰਵਾਜ਼ਾ ਇੱਕ ਪੂਰੇ ਪਿੰਡ ਦਾ, ਇੱਕ ਦਰਵਾਜ਼ੇ 'ਚ ਅੰਦਰ ਆ ਜਾਓ। ਹਾਂਜੀ, ਜਦ ਸਹੀ ਮੇਨ ਗੇਟ ਸੀਗਾ, ਸਾਰਾ ਪਿੰਡ ਅੰਦਰੋਂ ਗਲੀਆਂ 'ਚ ਫਿਰ ਕੇ ਨਿਕਲਣਾ ਉੱਥੋਂ ਹੀ ਆ ਬਾਹਰ, ਹੋਰ ਕੋਈ ਰਸਤਾ ਨਹੀਂ ਸੀ। ਹੋਰ ਕੋਈ ਰਸਤਾ, ਜਿਸ ਵਜ੍ਹਾ ਤੋਂ ਸਾਡੇ ਪਿੰਡ 'ਚ ਜੱਥੇ ਜਿਹੜੇ ਸੀ ਉਹ ਕਾਮਯਾਬ ਨਹੀਂ ਸੀ ਹੁੰਦਾ। ਅੱਛਾ ਅੱਛਾ, ਪਿੰਡ ਇਸ ਤਰ੍ਹਾਂ ਦਾ ਨਕਸ਼ਾ ਇਸ ਤਰ੍ਹਾਂ ਦਾ ਬਣਾਇਆ ਸੀ। ਸਕੂਲ ਕੋਈ ਨਹੀਂ ਸੀ, ਲੜਕੀਆਂ ਦਾ ਸਕੂਲ ਸੀਗਾ। ਲੜਕੀਆਂ ਦਾ ਸਕੂਲ? ਕਿੰਨਵੀਂ ਤੱਕ ਸੀ ਜੀ? ਉਹ ਪ੍ਰਾਇਮਰੀ ਤੱਕ ਸੀ। ਲੜਕੀਆਂ ਦਾ ਸੀ, ਲੜਕੀਆਂ ਨੂੰ ਉਸ ਵੇਲੇ ਇਜਾਜ਼ਤ ਸੀ ਸਕੂਲ ਜਾਣ ਦੀ? ਹਾਂ, ਇਜਾਜ਼ਤ ਸੀ, ਸਾਡੇ ਪਿੰਡ ਲੜਕੀਆਂ ਬਹੁਤ ਜ਼ਿਆਦਾ ਪੜ੍ਹਦੀਆਂ ਸਨ। ਪੜ੍ਹਦੀਆਂ ਸਨ, ਕਿਉਂਕਿ ਕਈ ਮੁਸਲਮਾਨ ਜੋ ਸਾਹਿਬ ਦੇਖਿਆ ਕਿ ਉਸ ਟਾਈਮ ਚੰਗਾ ਨਹੀਂ ਸਮਝਦੇ ਸੀ। ਹਾਂ, ਲੇਕਿਨ ਬੁਰੀ ਚੀਜ਼ ਹੈਗੀ, ਜਿਸ ਕੌਮ ਦੀ ਔਰਤ ਨਹੀਂ ਪੜ੍ਹੀ ਉਹ ਕੌਮ ਤਰੱਕੀ ਨਹੀਂ ਕਰਦੀ। ਬੜੀ ਅੱਛੀ ਗੱਲ ਕੀਤੀ ਜੀ ਤੁਸੀਂ। ਯਾਨੀ ਕਿ ਸਾਡਾ ਖਾਨਦਾਨ ਖੋਲਿਆ ਨਾ, ਉਹ ਤਾਂ ਸੁੱਟ ਦਿੱਤਾ ਤੇ ਥੱਲੇ ਉਹ ਬਰਸ਼ੀ ਦੇਜ਼ਾ ਥੱਲੇ ਲਾ ਦੇਣਾ, ਉਹ ਬੱਚੇ ਰਹਿ ਜਿਕਪੁਰੇ ਜਾਲਾ ਵਿੱਚ। ਇਸ ਤਰ੍ਹਾਂ ਬਹੁਤ ਜ਼ਿਆਦਾ ਜ਼ਿਆਦਤੀ ਮੁਸਲਮਾਨ, ਮੈਂ ਤੁਹਾਨੂੰ ਦੱਸ ਰਿਹਾ ਕਿ ਤਕਰੀਬਨ 70 ਲੱਖ ਦੇ ਕਰੀਬ ਕਰੀਬ ਮੁਸਲਮਾਨ ਵੀ ਸ਼ਹੀਦ ਹੋਏ। ਉਹ ਕਹਿੰਦੇ ਨੇ ਸਭ ਨੂੰ ਦੁਨੀਆਂ ਦੀ ਵਾਹਦ 47 ਵੇਲੇ ਦਾ ਟਾਈਮ ਸੀ ਜਦੋਂ ਮੁਸਲਮਾਨ ਅਤੇ ਸਿੱਖ ਮਰਿਆ, ਜਿਹੜਾ ਇੰਨਾ ਜ਼ਿਆਦਾ ਮਰਿਆ ਉਹ ਪਹਿਲੀ ਇਹਨਾਂ ਜੰਗਾਂ ਦੇ ਵਿੱਚ ਵੀ ਨਹੀਂ ਮਰਿਆ ਜਿੰਨਾ। ਹਾਂ, ਇਹਨਾਂ ਦੀਆਂ ਜਿਹੜੀਆਂ ਜੰਗਾਂ ਲੱਗੀਆਂ ਨੇ ਤਿੰਨ, ਮੰਨੇ ਹੁਣ ਮੇਰੇ ਖਾਨਦਾਨ ਨੂੰ ਹਵਾਲਦਾਰੀ ਕਹਿੰਦੇ ਨੇ, ਦੁਨੀਆਂ ਦੇ ਮੰਨੇ ਹੋਏ ਹਾਕੀ ਦੇ ਪਲੇਅਰ ਸਨ ਮੇਰੇ ਵਾਲਦ ਸਾਹਿਬ। ਉਹ ਨਹੀਂ ਉਹਨਾਂ ਹਾਕੀ ਖੇਲੀ ਤੇ ਅਮਰੀਕਾ ਤੇ ਮਾਸਕੋ 'ਚ ਨਹੀਂ ਖੇਲੀ, ਬਾਕੀ ਦੁਨੀਆਂ ਦੇ ਹਰ ਮੁਲਕ 'ਚ ਖੇਲੀ ਆ। ਉਸ ਵਕਤ ਹਾਂਜੀ ਕਿਹੜੀ ਟੀਮ ਦੇ ਵਿੱਚ ਸਨ ਉਸ ਵੇਲੇ? ਉਹ ਆਰਮੀ ਸਰ ਗਏ, ਉਧਰੋਂ ਸਰ ਗਏ। ਅਸਲਾਮ ਅਲੈਕਮ ਜੀ। ਵਾਲੇਕੁਮ ਸਲਾਮ ਬੇਟਾ। ਹਾਂਜੀ, ਦੱਸੋ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਮੁਹੰਮਦ ਤਫੈਲ। ਮੁਹੰਮਦ ਤਫੈਲ, ਤੁਹਾਡਾ ਨਾਮ ਦੱਸੋ ਜੀ? ਹੈਦਰ ਅਲੀ। ਹੈਦਰ ਅਲੀ, ਬਜ਼ੁਰਗੋ ਅੱਜ ਅਸੀਂ ਆਏ ਜੀ ਤੁਹਾਡੇ ਕੋਲ 47 ਦੀ ਵੰਡ ਵੇਲੇ ਦੀਆਂ ਗੱਲਾਂ ਬਾਤਾਂ ਪੁੱਛਣ। ਜ਼ਰੂਰ ਪੁੱਛੋ ਜਨਾਬ ਜੀ। ਤੁਹਾਡੀ ਆਪ ਬੀਤੀ ਜੋ ਤੁਸੀਂ ਉੱਥੋਂ ਆਏ ਹੋ? ਜੀ ਜੀ ਜੀ। ਤੁਸੀਂ ਇੰਡੀਆ ਤੋਂ ਆਏ ਹੋ ਕਿ ਬੇਸਿਕ ਇੱਥੋਂ ਦੇ ਹੋ? ਅਸੀਂ ਇੰਡੀਆ 'ਚੋਂ, ਜ਼ਿਲ੍ਹੇ ਅੰਮ੍ਰਿਤਸਰ। ਜ਼ਿਲ੍ਹਾ ਅੰਮ੍ਰਿਤਸਰ, ਅੰਮ੍ਰਿਤਸਰ ਦੇ ਬਿਲਕੁਲ ਕਰੀਬ ਸਾ ਸੀ, ਖਾਨਕੋਟ ਸਾਡੇ ਪਿੰਡ ਦਾ ਨਾਂ ਸੀਗਾ। ਖਾਨਕੋਟ? ਹਾਂ, ਸਾਡੇ ਸੈਂਟਰ 'ਚ ਇਸ ਸਾਈਡ ਮਗਰਬ ਸਾਈਡ 'ਤੇ ਅੰਮ੍ਰਿਤਸਰ ਸੀ, ਮਸ਼ਰਕ ਸਾਈਡ 'ਤੇ ਮਾਲ ਮੰਡੀ ਲੱਗਦੀ ਸੀ ਬੜੀ ਵੱਡੀ। ਮਾਲ ਮੰਡੀ? ਮਾਲ ਮੰਡੀ, ਉਸ ਤੋਂ ਅਗਲੇ ਪਾਸੇ ਨਹਿਰ ਸੀ ਦੁਆਬਾ। ਹਾਂਜੀ, ਉਸਦੇ ਨਾਲ ਸਾਡਾ ਪਿੰਡ ਖਾਨਕੋਟ ਸੀਗਾ। ਬਹੁਤ ਵੱਡਾ ਪਿੰਡ ਸੀ ਕਿ ਛੋਟਾ ਜਿਹਾ ਪਿੰਡ? ਨਾਰਮਲ ਪਿੰਡ ਸੀਗਾ। ਨਾਰਮਲ ਪਿੰਡ ਸੀ। ਹਾਂ, ਉੱਥੇ ਕਿਹੜੇ ਕਿਹੜੇ ਬਰਾਦਰੀਆਂ ਰਹਿੰਦੀਆਂ ਸੀ? ਉੱਥੇ ਮਾਲਕ ਡੋਗਰ ਸਨ ਸਾਰੇ, ਦੂਸਰੀਆਂ ਬਰਾਦਰੀਆਂ ਹਾਂਜੀ ਕਢਿਆਰ ਸੰਗੇ ਕੋਈ ਬਰਾਸ ਇਹੋ ਜਿਹਾ। ਉਹ ਜਿਹੜਾ ਪਿੰਡ ਸੀ ਤੁਹਾਡਾ? ਹਾਂਜੀ। ਉੱਥੇ ਜ਼ਿਆਦਾ ਮੁਸਲਮਾਨਾਂ ਦੇ ਘਰ ਸੀ ਡੋਗਰਾਂ ਦੇ? ਉਹ ਤੇ ਜੀ ਸਾਰੇ ਡੋਗਰਾਂ ਦੇ ਘਰ ਸਰ ਗਏ। ਹਾਂਜੀ, ਮਾਲਕ ਮਾਲਕ ਇੱਕ ਘਰ ਸਿੱਖਾਂ ਦਾ ਘਰ ਸੀਗਾ,
ਹਾਂਜੀ ਜਿਹਦਾ ਨਾਂ ਰਾਮ ਸਿੰਘ ਸੀ, ਰਾਮ ਸਿੰਘ ਉਹਦਾ ਦੋ ਬੇਟੇ ਸਨ ਗਏ, ਇੱਕ ਜਗੀਰ ਸਿੰਘ ਤੇ ਇੱਕ ਅਜੀਤ ਸਿੰਘ, ਜਿਹੜਾ ਜਗੀਰ ਸਾਥੋਂ ਅੱਗੇ ਪੜ੍ਹਦਾ ਸੀ, ਅਜੀਤ ਸਾਡੇ ਨਾਲ ਪੜ੍ਹਦਾ ਸੀ। ਤੁਸੀਂ ਉਸ ਵੇਲੇ ਪੜ੍ਹੇ ਉਸ ਪਿੰਡ ਦੇ ਵਿੱਚ ਜਾਂ ਕੋਈ ਸਕੂਲ ਹੈ ਸੀ? ਮੇਰੀ ਫੈਮਿਲੀ ਸਾਰੀ ਪੜ੍ਹੀ ਸੀਗੀ। ਹਾਂਜੀ ਮੇਰੇ ਵਾਲਿਦ ਸਾਹਿਬ ਦੇ ਵੱਡੇ ਭਾਈ ਨੰਬਰਦਾਰ ਜ਼ੈਲਦਾਰ ਸਨ ਗਏ ਤੁਹਾਡੇ? ਹਾਂ ਮੇਰੇ ਵਾਲਿਦ ਸਾਹਿਬ ਦੇ ਵੱਡੇ ਭਾਈ ਜ਼ੈਲਦਾਰ ਸਨ ਗਏ। ਫਜ਼ਲ ਮੁਹੰਮਦ, ਫਜ਼ਲ ਮੁਹੰਮਦ ਜੀ ਚੌਹਰੀ, ਫਜ਼ਲ ਮੁਹੰਮਦ, ਫਜ਼ਲ ਮੁਹੰਮਦ ਡੋਗਰ, ਡੋਗਰ ਖਾਨਕੋਟ ਦੇ ਸਨ ਗਏ। ਤੇ ਉਹਨਾਂ ਦਾ ਕਾਰੋਬਾਰ ਵੀ ਉਸੇ ਪਿੰਡ ਦੇ ਵਿੱਚ ਸੀ? ਹਾਂ ਉਸੇ ਪਿੰਡ 'ਚ ਕਾਰੋਬਾਰ ਸੀ ਸਾਡੇ ਜ਼ਿਆਦਾ। ਸਾਡੇ ਪਿੰਡ ਜ਼ਿਆਦਾ ਫਸਲ ਜਿਹੜੀ ਹੁੰਦੀ ਸੀ ਨਾ ਮਕਈ, ਅਸ਼ਟਾਲਾ, ਜਿਹੜਾ ਕਿ ਲੋਕੀ ਲਿਜਾਂਦੇ ਸੀ ਅੰਮ੍ਰਿਤਸਰ ਸ਼ਹਿਰ ਦੇ ਲੋਕ ਲਿਜਾਂਦੇ ਸੀ ਖਰੀਦ ਕੇ। ਅੱਛਾ ਤੁਹਾਡੇ ਪਿੰਡੋਂ? ਹਾਂ ਪਿੰਡ ਜਿਹੜਾ ਸ਼ਹਿਰ ਤੋਂ ਕਿੰਨੇ ਕੁ ਕਿਲੋਮੀਟਰ ਤੇ ਸੀ, ਦੂਰ ਸੀ ਨਜ਼ਦੀਕ ਸੀ? ਜ਼ਿਆਦਾ ਤੋਂ ਜ਼ਿਆਦਾ ਨਾ ਤਿੰਨ ਸਾਢੇ ਤਿੰਨ ਕਿਲੋਮੀਟਰ। ਸਕੂਲ ਕੋਈ ਨੀ ਸੀ, ਲੜਕੀਆਂ ਦਾ ਸਕੂਲ ਸੀਗਾ। ਲੜਕੀਆਂ ਦਾ ਸਕੂਲ ਕਿੰਨਵੀਂ ਤੱਕ ਸੀ ਜੀ? ਉਹ ਪ੍ਰਾਇਮਰੀ ਤੱਕ ਸੀ, ਪ੍ਰਾਇਮਰੀ ਤੱਕ। ਲੜਕੀਆਂ ਦਾ ਸੀ, ਲੜਕੀਆਂ ਨੂੰ ਉਸ ਵੇਲੇ ਇਜਾਜ਼ਤ ਸੀ ਸਕੂਲ ਜਾਣ ਦੀ? ਹਾਂ ਇਜਾਜ਼ਤ ਸੀ, ਸਾਡੇ ਪਿੰਡ ਲੜਕੀਆਂ ਬਹੁਤ ਜ਼ਿਆਦਾ ਪੜ੍ਹਦੀਆਂ ਸਨ, ਪੜ੍ਹਦੀਆਂ ਸਨ, ਕਿਉਂਕਿ ਕਈ ਮੁਸਲਮਾਨ ਦੂਸਰਾ ਦੇਖਿਆ ਕਿ ਉਸ ਟਾਈਮ ਚੰਗਾ ਨਹੀਂ ਸਮਝਦੇ ਸੀ। ਹਾਂ ਲੇਕਿਨ ਬੁਰੀ ਚੀਜ਼ ਹੈਗੀ, ਜਿਸ ਕੌਮ ਦੀ ਔਰਤ ਨਹੀਂ ਪੜ੍ਹੀ ਉਹ ਕੌਮ ਤਰੱਕੀ ਨਹੀਂ ਕਰਦੀ। ਬੜੀ ਅੱਛੀ ਗੱਲ ਕੀਤੀ ਜੀ ਤੁਸੀਂ। ਯਾਨੀ ਕਿ ਸਾਡਾ ਖਾਨਦਾਨ ਮੇਰਾ ਜਿਹੜਾ ਸੀ ਨਾ ਪੂਰਾ ਪੜ੍ਹਿਆ ਲਿਖਿਆ ਸੀ, ਸਾਰੇ ਪੜ੍ਹਿਆ ਸੀਗਾ। ਕੋਠੇ ਦਾ ਮੇਲਾ ਬੜਾ ਹਿੰਦੂਆਂ ਦਾ ਹੁੰਦਾ ਸੀਗਾ, ਉੱਥੇ ਮੈਂ ਪ੍ਰਾਇਮਰੀ ਕੀਤੀ ਹੈਗੀ। ਹਾਂ ਉੱਥੇ ਨਹੀਂ ਮਿਡਲ ਤੱਕ ਸੀਗਾ, ਲੇਕਿਨ ਮੈਂ ਪ੍ਰਾਇਮਰੀ ਕੀਤੀ ਆ। ਪ੍ਰਾਇਮਰੀ ਕਰਕੇ ਤੇ ਮੈਂ ਅੰਮ੍ਰਿਤਸਰ ਚਿਸ਼ਤੀ ਹਾਈ ਸਕੂਲ 'ਚ ਆ ਗਿਆ। ਚਿਸ਼ਤੀ ਹਾਈ ਸਕੂਲ ਜਿਹੜਾ ਕਿ ਅੱਜ ਕੱਲ੍ਹ ਲਾਹੌਰ ਸੈਕਟਰੀਏਟ ਦੀ ਬੈਕ ਸਾਈਡ ਤੇ ਹੈਗਾ। ਮੈਟ੍ਰਿਕ ਮੈਂ ਉੱਥੋਂ ਕੀਤੀ ਆ। ਬਾਬਾ ਵੱਡਾ ਸਕੂਲ ਸੀ ਉਹ? ਹਾਂ ਇਹ ਆਪਣਾ ਅੰਮ੍ਰਿਤਸਰ ਚਿਸ਼ਤੀ ਸਕੂਲ, ਹਾਂ ਹਾਈ ਸਕੂਲ ਸੀਗਾ, ਸਾਡੇ ਨਾਲ ਹੀ ਐਮ ਓ ਕਾਲਜ ਸੀਗਾ। ਅੱਛਾ ਤੇ ਉਹ ਜਿਹੜਾ ਸਕੂਲ ਸੀ ਤੁਹਾਡਾ, ਹਾਂ ਕਾਫੀ ਵੱਡਾ ਸੀ, ਮਤਲਬ ਕਾਫੀ ਵੱਡਾ ਹਾਈ ਸਕੂਲ ਜ਼ਿਆਦਾ ਸੀ। ਹਾਂਜੀ ਉਸ ਤੋਂ ਬਾਅਦ ਫਿਰ ਮੈਨੂੰ ਇਹ ਦੱਸੋ ਤੁਹਾਡੇ ਪਿੰਡ ਦੇ ਨਾਲ ਕਿਹੜੇ ਕਿਹੜੇ ਪਿੰਡ ਸੀ ਜਿਹੜੇ ਮਸ਼ਹੂਰ ਪਿੰਡ? ਮਸ਼ਹੂਰ ਪਿੰਡ ਸਾਡੇ ਨਾਲ ਸੀ ਸੁਲਤਾਨ ਵਿੰਡ। ਹਾਂਜੀ ਉਹ ਜਨੂਬ ਸਾਈਡ ਤੇ ਸੀਗਾ। ਹਾਂਜੀ ਉਸ ਤੋਂ ਬਾਅਦ ਸਟੇਸ਼ਨ ਸੀ ਸਾਡੇ ਵੱਲਾ, ਆਪਣਾ ਨਾ ਮਾਨਾ ਵਾਲਾ ਸਟੇਸ਼ਨ। ਹਾਂਜੀ ਉਹ ਸਾਡੀ ਜ਼ਮੀਨ ਦੇ ਵਿੱਚ ਸੀ, ਲੇਕਿਨ ਹੈ ਸੀ ਸਿੱਖਾਂ ਦਾ ਪਿੰਡ ਸੀ ਨਾਲ ਮਾਨਾ ਵਾਲਾ, ਉਹਦੇ ਨਾਂ ਤੇ ਮਸ਼ਹੂਰ ਸੀ, ਜ਼ਮੀਨ ਉਹ ਸਾਡੀ ਸੀਗਾ। ਪਿੰਡ ਤੁਹਾਡਾ ਜਿਹੜਾ ਉਹਦੇ ਦੂਸਰਾ ਮਗਰਬ ਦੀ ਸਾਈਡ ਤੇ ਲਹਿੰਦੇ ਸਾਈਡ ਤੇ ਕਿਹੜੇ ਕਿਹੜੇ ਪਿੰਡ ਸਨ? ਮਸ਼ਰਕ ਸਾਈਡ, ਮਗਰਬ ਸਾਈਡ ਤੇ ਅੰਮ੍ਰਿਤਸਰ, ਅੰਮ੍ਰਿਤਸਰ ਸੀ। ਚੜ੍ਹਦੇ ਪਾਸੇ ਕਿਹੜੇ? ਚੜ੍ਹਦੇ ਪਾਸੇ ਮਾਨਾਵਾਲਾ ਸੀਗਾ। ਹਾਂਜੀ ਚੌਧਰੀ ਫਜ਼ਲ ਅਹਿਮਦ। ਹਾਂਜੀ ਮੇਰੇ ਵਾਲਦ ਸਾਹਿਬ ਤੋਂ ਵੱਡੇ ਸਰ ਗਏ, ਉਹ ਪਾਕਿਸਤਾਨ ਬਣਨ ਤੋਂ ਚੰਦ ਸਾਲ ਪਹਿਲੇ ਫੌਤ ਹੋ ਗਏ ਸਰ ਗਏ, ਉਹ ਵੀ ਪਾਕਿਸਤਾਨ ਚ ਆਏ। ਹਾਂਜੀ ਤੇ ਬਾਕੀ ਦੂਸਰਾ ਜਿਹੜਾ ਲੰਬੜਦਾਰ ਸੀ ਉਹਨਾਂ ਦਾ ਕੀ ਨਾਮ ਸੀ? ਉਸ ਉਹ ਹੀ ਰਾਮ ਸਿੰਘ ਸਿੱਖ ਸੀ, ਉਹ ਆਪਣੀ ਜ਼ਮੀਨ ਦਾ ਹੀ ਸਿਰਫ ਨਾ ਹੈਗਾ ਸੀ, ਲੰਬੜਦਾਰ ਹੋਰ ਨਹੀਂ ਸੀ। ਮਾਲ ਬਾਬਾ ਸੀ। ਸਹੀ ਸਹੀ। ਪਿੰਡ ਦੇ ਵਿੱਚ ਕਮੀਆਂ ਦੇ ਤੇ ਬਾਕੀ ਇਸਾਈਆਂ ਦੇ ਘਰ ਵੀ ਹੈ ਸਨ? ਇਸਾਈਆਂ ਦੇ ਘਰ ਸੀ, ਉਹ ਉਸ ਵੇਲੇ ਇਸਾਈ ਨਹੀਂ ਸਨ, ਉਹ ਚੂੜੇ ਖਵਾਉਂਦੇ ਸਨ ਗੇ। ਚੂੜੇ ਖਵਾਉਂਦੇ ਉਹਨਾਂ ਦਾ ਕੋਈ ਮਜ਼ਹਬ ਨਹੀਂ ਸੀਗਾ। ਹਾਂਜੀ ਸਹੀ ਉਹ ਸਨ ਗਏ, ਕੁਝ ਘੁਮਿਆਰ ਸਨ ਗਏ। ਹਾਂਜੀ ਮੋਚੀ ਸਨ ਗਏ। ਹਾਂਜੀ ਜੁਲਾਹਾਂ ਦਾ ਘਰ ਸਾਡੇ ਪਿੰਡ ਕੋਈ ਨਹੀਂ ਸੀਗਾ, ਕੋਈ ਨਹੀਂ ਸੀਗਾ। ਹਾਂਜੀ ਤੇ ਇਹ ਕੌਮ ਸੀ। ਆਟੇ ਦੇ ਜਿਹੜੇ ਖਰਾਸ ਹੁੰਦੇ ਸੀ ਉਸ ਵੇਲੇ, ਖਰਾਸ, ਹਾਂ ਖਰਾਸ ਜਿਹਨੂੰ ਕਹਿੰਦੇ, ਹਾਂ ਖਰਾਸ, ਉਹ ਤੁਹਾਡੇ ਪਿੰਡ ਦੇ ਵਿੱਚ ਹੈ ਸਨ? ਹੈ ਸੀ, ਦੋ ਖਰਾਸ ਸਨ ਗੇ। ਉਹ ਕਿਹਨਾਂ ਨੇ ਲਾਏ ਸੀ? ਹਾਂਜੀ ਉਹ ਕਿਹਨਾਂ ਨੇ ਲਾਏ ਸੀ? ਉਹ ਤਰਖਾਣਾ ਨੇ ਲਾਏ ਸਨ, ਸਾਡੇ ਦੋ ਘਰ ਤਰਖਾਣਾ ਦੇ ਸਨ ਗੇ, ਲੁਹਾਰ ਜਿਹਨੂੰ, ਲੁਹਾਰ ਤਰਖਾਣ ਜਿਹੜੇ ਉਹਨਾਂ ਦੇ
ਇੱਕ ਦੇ ਨਾਂ ਇੱਕ ਇਲਮਦੀਨ ਦਾ ਖੁਰਾਕ ਸੀ, ਇੱਕ ਬਾਬੇ ਦੀਨੇ ਦਾ ਖੁਰਾਕ ਸੀ। ਮੈਨੂੰ ਸਾਰੇ ਯਾਦ ਨੇ। ਤੁਸੀਂ ਕਿੰਨੀ ਕੁ ਉਮਰ ਸੀ ਤੁਹਾਡੀ ਉਦੋਂ? ਮੈਂ ਉਸ ਵੇਲੇ ਜਿਸ ਵੇਲੇ ਪਾਕਿਸਤਾਨ ਬਣਿਆ ਉਸ ਵੇਲੇ ਤਕਰੀਬਨ ਮੇਰੀ 14 ਸਾਲ ਉਮਰ ਸੀ। 14 ਸਾਲ ਉਮਰ ਸੀ। ਹਾਂ, ਮੈਂ ਅੱਜ ਵੀ ਖਾਨਕੋਟ ਦਾ ਪੂਰਾ ਨਕਸ਼ਾ ਪੈਨਸਲ ਨਾਲ ਬਣਾ ਦਿੰਦਾ। ਹਾਂ, ਮੇਰਾ ਜ਼ਿਹਨ ਸੀ ਉਸ ਵੇਲੇ। ਤੁਹਾਡੇ ਸਕੂਲਾਂ 'ਚ ਤੁਸੀਂ ਪੜ੍ਹੇ? ਹਾਂਜੀ। ਸਿੱਖਾਂ ਦੇ ਬੱਚੇ ਵੀ ਯਾਰ ਹੋਣੇ ਨੇ ਉਦੋਂ? ਨਾਲ ਸਰ ਗਏ। ਕੀ ਨਾਂ ਤੁਹਾਡੇ ਕਲਾਸ ਫੈਲੋਆਂ ਦੇ? ਆਪਣੇ ਨਾਂ ਦੱਸੋ ਜਿਹੜੇ। ਇੱਕ ਦੇ ਨਾਂ ਤੇ ਜੁੱਗੀ ਸੀ। ਜੁੱਗੀ? ਜੁੱਗੀ, ਉਹ ਸਿੱਖ ਮੁੰਡਾ ਸੀ। ਕਿਹੜੇ ਸਕੂਲ? ਸਕੂਲ ਬੱਲੇ 'ਚ। ਅੱਛਾ ਅੱਛਾ, ਜਿਹੜਾ ਪ੍ਰਾਇਮਰੀ ਸਕੂਲ ਸੀ? ਪ੍ਰਾਇਮਰੀ ਸਕੂਲ ਦੇ ਵਿੱਚ ਇੱਕ ਨੰਨ ਮੁੰਡਾ ਹੁੰਦਾ ਸੀ ਇਹ ਬਾਹਮਣਾ ਦਾ। ਉਹ ਕਿਹੜੇ ਪਿੰਡ ਦਾ ਸੀ? ਉਹ ਵੀ ਬੱਲੇ ਦਾ ਸੀਗਾ। ਉਹਨਾਂ ਦਾ ਮੇਰਾ ਜਿਹੜਾ ਸੁਬਾਹ ਜਾਂਦਿਆਂ ਸਾਨੂੰ 10 ਸਵਾਲ ਮਿਲਦੇ ਸਨਗੇ ਜ਼ਬਾਨੀ, ਸਲੇਟ 'ਤੇ ਲਿਖਣੇ ਆ ਅਤੇ ਉਹਨਾਂ ਦੇ ਜਵਾਬ ਅਸੀਂ ਜ਼ਬਾਨੀ ਲਿਖ ਕੇ ਦਿੰਦੇ ਸਾਂ, ਜਿਨ੍ਹਾਂ 'ਚ ਮੇਰੇ ਤਕਰੀਬਨ 90-95% ਉਹਨਾਂ ਦਾ ਮੇਰਾ ਹਰ ਰੋਜ਼ ਸੁਬਾਹ ਕੰਪੀਟੀਸ਼ਨ ਹੁੰਦਾ ਸੀ। ਤੁਹਾਡੇ 11 ਦਾ? 11 ਮੇਰਾ, ਸਾਰੇ ਕਲਾਸ ਸਾਰੀ ਦਾ ਨਾ ਮੈਨੂੰ ਉਹਨਾਂ ਦਾ ਯਾਦ ਆ, ਕਿਉਂਕਿ ਇਹਨਾਂ ਦਾ ਕੰਪੀਟੀਸ਼ਨ ਹੁੰਦਾ ਸੀ ਮੇਰੇ ਨਾਲ। ਜੁੱਗੀ ਦਾ, ਜੁੱਗੀ ਦਾ ਬਾਪ ਵੀ ਆਉਂਦਾ ਸੀ, ਨੰਦ ਬਾਹਮਣ ਜਿਹੜਾ ਸੀ ਉਹਦਾ ਬਾਪ ਵੀ ਆਉਂਦਾ ਰੋਜ਼ ਦੇਖਣ ਵਾਸਤੇ। ਹਾਂ, ਮੇਰਾ ਮੈਥ ਜਿਹੜਾ ਸੀ ਉਹ ਬੜਾ ਅੱਛਾ ਸੀਗਾ। ਸਹੀ ਹੋ ਗਿਆ। ਤੁਹਾਡੇ ਟੀਚਰਾਂ ਦੇ ਨਾਂ ਯਾਦ ਨੇ? ਟੀਚਰ ਇੱਕ ਸੀ ਸਰਾਜਦੀਨ ਵੇਰਕੇ ਦਾ ਜੁਲਾਹ ਸੀ ਬਰਾਦਰੀ ਦਾ, ਉਹ ਸੀਗਾ। ਇੱਕ ਬੱਲੇ ਦਾ ਹੀ ਸੀਗਾ। ਹਾਂਜੀ, ਉਹ ਛੋਟਾ ਜਿਹਾ ਕੱਛਾ ਪਾਉਂਦਾ ਸੀ ਅਤੇ ਨੀਲੀ ਪੱਗ ਬੰਨਦਾ ਸੀਗਾ, ਸਿੱਖ ਮਾਸਟਰ। ਹਾਂਜੀ, ਦੋ ਹੋਰ ਸੀ ਉਹਨਾਂ ਦੇ ਮੈਨੂੰ ਯਾਦ ਨਹੀਂ। ਇੱਕ ਪਰਮ ਮਹਿਤਾ ਪਿੰਡ ਇੱਕ ਉੱਧਰੋਂ ਆਇਆ ਸੀਗਾ। ਹਾਂ, ਉਹ ਵੀ ਸਿੱਖ ਮਾਸਟਰ ਸੀਗਾ। ਅੰਮ੍ਰਿਤਸਰ ਪੰਜਵੀਂ 'ਚ ਮੈਂ ਦਾਖਲ ਹੋਇਆ। ਉੱਥੇ ਤੁਹਾਡੇ ਯਾਰ ਬਣੇ? ਉੱਥੇ ਵੀ ਕਾਫੀ ਯਾਰ ਸਨ ਮੇਰੇ। ਉੱਥੋਂ ਦੇ ਮੁੰਡਿਆਂ ਦੇ ਕਿਸੇ ਦਾ ਨਾਮ ਮਸ਼ਹੂਰ? ਉੱਥੋਂ ਦੇ ਮੁੰਡਾ ਇੱਕ ਤੇ ਹੈਗਾ ਸੀ, ਉਹਦਾ ਨਾਮ ਵੀ ਤਫੈਲ ਸੀ, ਉਹਦੀ ਡਰਾਇੰਗ ਬੜੀ ਅੱਛੀ ਸੀ ਮੁੰਡੇ ਦੀ, ਮਿਸਤਰੀ ਸੀਗਾ। ਹਾਂਜੀ, ਹੋਰ ਹਨੀਫ ਸੀ ਇੱਕ ਲੜਕਾ, ਇੱਕ ਪਰਵੇਜ਼ ਲੜਕਾ ਹੁੰਦਾ ਸੀ ਬਾਅਦ 'ਚ ਜਿਹੜੇ ਆਣ ਕੇ ਅਤੇ ਮਾਡਲ ਟਾਊਨ ਉਹਨਾਂ ਕੋਠੀ ਲਈ ਸੀ ਇੱਥੇ ਪਾਕਿਸਤਾਨ, ਪਾਕਿਸਤਾਨ ਦੇ ਵਿੱਚ ਲਾਹੌਰ। ਹਾਂਜੀ, ਇਸ ਤਰ੍ਹਾਂ ਕਾਫੀ ਬੱਚੇ ਮੇਰੇ ਦੋਸਤ ਸਰ ਗਏ ਮੇਰੇ ਕੋਲ। ਇੱਕ ਸਿੱਖ ਮੁੰਡਾ ਵੀ ਸਾਡਾ ਪੜ੍ਹਦਾ ਸੀਗਾ, ਉਹਦਾ ਨਾਂ ਜਗੀਰ ਸੀਗਾ। ਜਗੀਰ, ਉਹ ਉਹਦੀ ਅੰਮੀ ਜਿਹੜੀ ਸੀ ਉਹ ਟੀਚਰ ਸੀ। ਅੱਛਾ, ਟੀਚਰ ਸੀ। ਹਾਂ, ਉਹ ਮੇਰੇ ਸਕੂਲ ਦੇ ਵਿੱਚ? ਹਾਂ, ਮੁਸਲਮਾਨਾ ਸਕੂਲ 'ਚੋਂ ਪੜ੍ਹਾਉਂਦੇ ਸੀ, ਪੜ੍ਹਦਾ ਸੀ ਮੁੰਡਾ। ਸਹੀ ਹੋ ਗਿਆ, ਉਹ ਸੀਗਾ। ਹੁਣ ਮੈਨੂੰ ਥੋੜ੍ਹਾ ਦੱਸੋ, ਜਦੋਂ ਵੰਡ ਦੀ ਹੋਏ? ਹਾਂ ਹਾਂ ਹਾਂ, ਠੀਕ ਹੈ। ਹਾਂ, 47 ਦੀ, ਉਦੋਂ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਜੀ ਹੁਣ ਉਜਾੜੇ ਪੈਣ ਲੱਗੇ ਨੇ, ਅਸੀਂ ਇੱਥੋਂ ਟੁਰ ਜਾਣਾ ਆਪਣੇ ਪਿੰਡੋਂ? ਜੀ, ਥੋੜ੍ਹਾ ਉਹਦੇ ਬਾਰੇ ਦੱਸੋ ਜੀ। ਉਸ ਵਕਤ ਮੇਰੇ ਵਾਲਦ ਸਾਹਿਬ ਜਿਹੜੇ ਸਨ ਉਹ ਸਿਆਸੀ ਸਨ ਗਏ। ਹਾਂਜੀ, ਉਹ ਦੂਸਰੇ ਪਿੰਡਾਂ 'ਚ ਵੀ ਜਾ ਕੇ ਅਤੇ ਐਡਵਰਟਾਈਜ਼ ਕਰਦੇ ਸਨ ਮੁਸਲਿਮ ਲੀਗ ਦੇ ਮੁਤਲਕ ਅਤੇ ਪਾਕਿਸਤਾਨ ਦੇ ਮੁਤਲਕ, ਦੱਸਦੇ ਸੀ ਕਿ ਪਾਕਿਸਤਾਨ ਕੀ ਚੀਜ਼ ਹੈ ਅਤੇ ਕੀ ਬਣਨਾ ਅਤੇ ਅਸੀਂ ਕੀ ਕਰਨਾ। ਅੱਛਾ ਅੱਛਾ, ਉਹਨਾਂ ਦਾ ਪੂਰਾ ਪੂਰਾ ਮਾਸ਼ਾਅੱਲਾ। ਹਾਂ, ਮੇਰੇ ਵਾਲਦ ਸਾਹਿਬ ਬਾਹਰ ਦੂਸਰਾ ਪਿੰਡਾਂ 'ਚ ਜਾਂਦੇ ਸੀ। ਸਾਡੇ ਇਲੈਕਸ਼ਨ ਲੜਿਆ ਸੀ ਇਹ ਨਸਰੁੱਲਾ ਨਾਲ, ਸਾਡੇ ਪਿੰਡ ਸੀ ਇੱਕ, ਉੱਥੋਂ ਦਾ ਸੀ ਪੱਕੇ ਰੰਗ ਸੀਗਾ। ਸਾਡੇ ਕਾਲਜ ਦੇ ਮੁੰਡੇ ਜਿਸ ਵੇਲੇ ਹੋਏਗਾ ਸੀ ਯੂਨੀਅਨ ਕਿ ਇਹੋ ਜਿਹੀ ਪਾਰਟੀ ਸੀ, ਉਹਦਾ ਉਹ ਲੀਡਰ ਸੀਗਾ। ਸਾਡੇ ਕਾਲਜ ਦੇ ਬੱਚੇ ਜਾਂਦੇ ਜਿਸ ਵੇਲੇ ਉਹਨੂੰ ਦੇਖਦੇ ਸੀ ਕਹਿੰਦੇ ਉਹ ਮਿਆਉਂ ਕਾਲੀ ਬਿੱਲੀ ਮਿਆਉਂ। ਅਤੇ ਚੌਧਰੀ ਨਸਰੁੱਲਾ ਸੀ, ਇਹ ਪਿੰਡ ਦਾਊਦ ਨਾਰੋਵਾਲ ਦੇ ਲਾਗੇ, ਇੱਥੋਂ ਦਾ ਸੀ ਅਤੇ ਇਹਨੇ ਇਲੈਕਸ਼ਨ ਲੜਿਆ ਸੀ ਐਮ ਐਨ ਏ ਦਾ ਅਤੇ ਉਹ ਕਾਮਯਾਬ ਹੋਏ ਸੀ ਅਤੇ ਮੇਰੇ ਵਾਲਦ ਸਾਹਿਬ ਦੇ ਦੋਸਤ ਸਨ ਗਏ। ਨਬੀ ਅਹਿਮਦ। ਨਬੀ ਅਹਿਮਦ, ਤੁਹਾਡੇ ਦਾਦਾ ਜੀ ਦਾ ਨਾਂ ਕੀ ਸੀ? ਮੇਰੇ ਦਾਦਾ ਦਾ ਨਾਂ ਅੱਛੇ ਖਾਂ। ਅੱਛੇ ਖਾਂ, ਉਸਦੇ ਦਾਦਾ ਦਾ ਪੁੱਛਣਾ? ਦੱਸ ਦਿਓ। ਕਾਲੇ ਖਾਂ। ਠੀਕ ਹੋ ਗਿਆ, ਕਿਉਂਕਿ ਮੈਨੂੰ ਬਿਲਕੁਲ ਹੋਸ਼ ਸੀਗੀ, ਮੇਰਾ ਜ਼ਿਹਨ ਕੰਮ ਕਰਦਾ ਸੀ। ਅੱਛਾ, ਤੁਹਾਡੇ ਵਾਲਾ ਸਾਹਿਬ ਉਦੋਂ ਪੂਰਾ ਮੁਸਲਿਮ ਲੀਗ ਦੇ ਨਾਲ ਸੀ? ਹਾਂ, ਅੱਜ ਦਿਨ ਤੱਕ ਅਸੀਂ ਮੁਸਲਿਮ ਲੀਗ 'ਚ ਲੈ ਕੇ ਜਾਂਦੇ ਹਾਂ। ਠੀਕ ਹੋ ਗਿਆ, ਤਾਂ ਮੈਂ ਦੱਸੀ ਆਵਾਂਗਾ। ਅੱਛਾ ਜੀ, ਫਿਰ ਉਸ ਤੋਂ ਬਾਅਦ ਤੁਸੀਂ ਮੁਸਲਿਮ ਲੀਗ ਦੇ ਵਿੱਚ ਹੀ ਹੋ ਹੁਣ ਤੱਕ? ਹਾਂ, ਅੱਜ ਦਿਨ ਤੱਕ ਵੀ। ਸਹੀ ਹੋ ਗਿਆ, ਸਹੀ। ਹੁਣ ਇਲੈਕਸ਼ਨ ਆ, ਹੁਣ ਵੀ ਅਸੀਂ ਮੁਸਲਿਮ ਲੀਗ 'ਚ ਨੂੰ ਵੋਟ ਦਿੱਤੇ ਨੇ। ਸਹੀ ਹੋ ਗਿਆ। ਹੁਣ ਮੈਨੂੰ ਦੱਸੋ, ਹੁਣ ਤੁਸੀਂ ਜਦੋਂ ਉੱਥੋਂ ਤੁਹਾਡੇ ਪਿੰਡ ਪਤਾ ਲੱਗ ਗਿਆ? ਹਾਂ ਹਾਂ, ਵੋਟ ਹੋ ਗਏ? ਹਾਂਜੀ, ਹਰ ਚੀਜ਼ ਹੋ ਗਈ। ਹਾਂਜੀ, ਤੁਸੀਂ ਫਿਰ ਕਿੱਦਾਂ ਉੱਥੋਂ ਤੁਹਾਡੇ ਪਿੰਡ ਜੱਥੇ ਪਏ ਸਿੱਖਾਂ ਦੇ, ਕੀ ਹੋਇਆ ਉਹਦੇ ਬਾਰੇ ਦੱਸੋ? ਪਹਿਲਾ ਜੱਥਾ ਜਿਹੜਾ ਸਾਨੂੰ ਪਿਆ ਹੈ ਨਾ, ਉਹ ਤਕਰੀਬਨ 3 ਮਾਰਚ ਨੂੰ ਪਿਆ ਹੈਗਾ।
3 मार्च ਨੂੰ ਹਾਂਜੀ ਹਾਂਜੀ ਪਹਿਲਾ ਜੱਥਾ ਪਿਆਗਾ ਉਹ ਜਿਸਲੇ ਸਾਡੇ ਲੋਕ ਉਹਨਾਂ ਨੂੰ ਪੈ ਦੇ ਤੇ ਉਹਨਾਂ ਅੱਗੋਂ ਹੱਥ ਜੋੜ ਕੇ ਆਖਿਆ ਅਸੀਂ ਬਹੁਤ ਆਦਮੀ ਮਰਵਾਏ ਅੰਮ੍ਰਿਤਸਰ ਸ਼ਹਿਰ 'ਚ ਸਿੱਖਾਂ ਨੇ ਕਿਹਾ ਤੇ ਸਾਨੂੰ ਰਸਤਾ ਦਿਓ ਲੰਘ ਜਾਣ ਦੀਏ ਅੱਛਾ ਸਾਨੂੰ ਚਲੇ ਜਾਣ ਦਿਓ ਹਾਂਜੀ ਫਿਰ ਉਹਨਾਂ ਨੂੰ ਉਹਨਾਂ ਰਸਤਾ ਦੇ ਦਿੱਤਾ ਤੇ ਉਹ ਚਲੇ ਗਏ ਤੁਹਾਡੇ ਪਿੰਡ ਹਾਂ ਪਹਿਲਾਂ ਹਾਂ 3 ਮਾਰਚ ਨੂੰ ਉਸ ਤੋਂ ਬਾਅਦ ਜਿਹੜਾ ਪਿਆ ਹੈ ਉਹ ਤਕਰੀਬਨ ਅਪ੍ਰੈਲ ਦੇ ਅੱਧ ਚਾੜ ਕੇ ਪਿਆ ਹੈਗਾ ਤੁਹਾਡੇ ਪਿੰਡ ਆਏ ਨੇ ਹਾਂ ਪਿੰਡ ਸ਼ਹਿਰ ਵੱਲ ਸਾਈਡ ਤੋਂ ਸਾਰੇ ਸਿੱਖ ਆਏ ਹਾਂਜੀ ਸਿੱਖ ਆਏ ਸਨ ਸਿੱਖ ਰਾਤ ਸੀਗੇ ਰਾਤ ਸੀ ਹਾਂਜੀ ਤੇ ਰਾਤ ਪਿਆ ਸੀ ਜੱਥਾ ਉਹਨਾਂ ਦਾ ਬੰਬ ਵਿੱਚ ਤਕਰੀਬਨ ਫਟ ਗਿਆ ਸੀ ਉਹਨਾਂ ਦੇ ਬੰਬ ਫੈਰ ਉਹ ਵੀ ਕਰਦੇ ਸੀ ਸਾਡੇ ਪਿੰਡ ਦੇ ਆਦਮੀ ਵੀ ਫੈਰ ਕਰਦੇ ਸੀ ਉਹਨਾਂ 'ਤੇ ਹਾਂਜੀ ਤੁਹਾਡੇ ਪਿੰਡ 'ਤੇ ਚੜ੍ਹਾਈ ਕੀਤੀ ਉਹਨਾਂ ਨੇ ਹਾਂ ਚੜ੍ਹਾਈ ਕੀਤੀ ਸੀ ਨਾ ਰਾਤ ਹਾਂਜੀ ਅੱਗੋਂ ਇਹ ਵੀ ਫੈਰ ਕਰਦੇ ਰਹੇ ਪਤਾ ਨਹੀਂ ਇਹਨਾਂ ਦੇ ਲੱਗ ਗਈਆਂ ਜਾਂ ਉਹਨਾਂ ਦੇ ਆਪ ਬੰਬ ਫਟੇ ਨੇ ਉਹ ਫਿਰ ਦੌੜ ਗਏ ਨੇ ਅੱਗੇ ਲੱਗ ਕੇ ਰਾਤ ਹੀ ਉਹ ਫਿਰ ਗਏ ਵੱਲੇ ਗਏ ਨੇ ਗਏ ਵੱਲੇ ਗਏ ਹਾਂ ਉੱਥੇ ਗਏ ਸਰ ਉੱਥੇ ਵੀ ਮੁਸਲਮਾਨ ਹੁਣ ਹਾਂ ਮੁਸਲਮਾਨ ਉੱਥੇ ਵੀ ਸਰ ਗਏ ਉੱਥੇ ਜਲਾ ਬਰਾਦਰੀ ਜ਼ਿਆਦਾ ਸੀਗੀ ਅੱਛਾ ਵੱਲੇ ਹਾਂ ਅਤੇ ਉਹ ਮਜ਼ਹਬੀ ਸਿੱਖ ਜਿਹੜੇ ਬਣੇ ਸੀ ਉਹਨਾਂ ਦਾ ਜ਼ੋਰ ਸੀ ਸਿੱਖਾਂ ਨਾਲੋਂ ਉਹਨਾਂ 'ਚੋਂ ਇੱਕ ਮੁਸਲਮਾਨ ਹੋ ਆਪਣਾ ਨਿੱਕਾ ਸਿੰਘ ਸੀ ਉਹਨਾਂ 'ਚ ਇੱਕ ਲੀਡਰ ਉਹਨਾਂ ਦਾ ਮਜ਼ਹਬੀ ਸਿੱਖਾਂ ਦਾ ਅਤੇ ਉਹਦੇ ਜਿਸ ਵੇਲੇ ਪਾਕਿਸਤਾਨ ਬਣਿਆ ਉਹਦੇ ਬਹੁਤ ਖਿਲਾਫ ਸਰ ਸਿੱਖ ਉਹ ਮੇਰੇ ਵਾਲਿਦ ਸਾਹਿਬ ਨੂੰ ਨਾ ਸਾਰੀ ਸੂਹ ਦਿੰਦੇ ਸਰ ਗਏ ਇੱਕ ਉਹ ਸੀ ਇੱਕ ਯਾਰ ਬੇਲੀ ਸਨ ਹਾਂ ਹਾਂਜੀ ਉਹ ਦਰਬਾਰ ਸਾਹਿਬ ਜਾਂਦਾ ਸੀ ਤੇ ਉੱਥੋਂ ਸਾਰਾ ਪਤਾ ਲੈ ਕੇ ਆੜ ਕੇ ਤੇ ਅਗਲੇ ਦਿਨ ਉਹਨਾਂ ਨੂੰ ਦੱਸ ਦੇਣਾ ਕਿ ਆਹ ਹੋ ਰਿਹਾ ਆਹ ਕਰਨਾ ਤੇ ਇੱਥੇ ਜਾਣਾ ਹੈਗਾ ਇੱਕ ਨਾਲ ਸਾਡੇ ਜਨੂਬ ਸਾਈਡ 'ਤੇ ਦਬੁਰਜੀ ਪਿੰਡ ਸੀਗਾ ਉੱਥੋਂ ਦਾ ਇੱਕ ਮਾਰਾ ਸੀਗਾ ਮਹਿਰਾ ਇੱਕ ਉਹ ਵੀ ਸਾਨੂੰ ਦਿੰਦਾ ਸੀ ਹਰ ਚੀਜ਼ ਆਣ ਕੇ ਸਾਰੀ ਇਨਫੋਰਮੇਸ਼ਨ ਦੱਸਦਾ ਸੀ ਹਾਂ ਕਿ ਅੱਜ ਫਲਾਣੀ ਜਗ੍ਹਾ ਜੱਥਾ ਪੈਣਾ ਅੱਜ ਫਲਾਣੀ ਜਗ੍ਹਾ ਜੱਥਾ ਪੈਣਾ ਬਚਾਉਂਦਾ ਸੀ ਆਪਣੇ ਆਪ ਨੂੰ ਤੁਹਾਨੂੰ ਹਾਂ ਬਚਾਉਂਦਾ ਸੀ ਉਸ ਤੋਂ ਬਾਅਦ ਮੇਰੇ ਵਾਲਦ ਸਾਹਿਬ ਵੀ ਕੋਈ ਤਕਰੀਬਨ 30-35 ਆਦਮੀ ਦਬੁਰਜੀ ਦੇ ਸਰ ਕੋਈ ਮੁਸਲਮਾਨ ਅਤੇ ਕੁਝ ਸਾਡੇ ਪਿੰਡ ਦੇ ਮੁੰਡੇ ਸਰ ਗਏ ਹਾਂਜੀ ਉਹ ਵੀ ਫਿਰ ਰਾਤ ਦੂਸਰਾ ਸਿੱਖਾਂ ਦੇ ਪਿੰਡਾਂ 'ਚ ਪੈਣੇ ਸ਼ੁਰੂ ਹੋ ਗਏ ਸਰ ਅੱਛਾ ਜਦੋਂ ਤੁਹਾਡੇ ਪਿੰਡ 'ਚ ਹਮਲਾ ਆਇਆ ਉਦੋਂ ਫਿਰ ਉਸ ਤੋਂ ਬਾਅਦ ਇਹ ਵੀ ਜਾਣ ਲੱਗ ਪੈਣ ਲੱਗ ਪੈਣੇ ਉੱਥੇ ਲੇਕਿਨ ਉਹਨਾਂ ਦੀ ਅਕਸਰੀਅਤ ਸੀ ਸਿੱਖਾਂ ਦੀ ਅਤੇ ਸਾਡੇ ਜੇ ਪਿੰਡ ਰਾਤ ਖੂਹ ਜੁੱਤਾ ਸੀ ਅੱਲੋ ਉਹਦੇ ਨਾਂ ਸੀਗਾ ਅਲੀ ਮੁਹੰਮਦ ਸੀ ਅੱਲੋ ਨੂੰ ਆਉਂਦੇ ਸਰ ਹਾਂਜੀ ਉਹਨੇ ਜਾ ਕੇ ਖੂਹ ਜੁੱਤਾ ਅਤੇ ਰਾਤ ਜੱਥਾ ਉਹਨੂੰ ਪਿਆ ਆਦਮੀ ਪੈ ਉਹਨਾਂ ਉਹਨੂੰ ਕਤਲ ਕੀਤਾ ਤੁਹਾਡੇ ਪਿੰਡ ਦੇ ਵਿੱਚ ਪਿੰਡੋਂ ਬਾਹਰ ਬਾਹਰ ਸੀ ਦਿੱਲੀ ਵਾਲੀ ਅੰਮ੍ਰਿਤ ਲਾਹੌਰੋਂ ਦਿੱਲੀ ਜਿਹੜੀ ਜਾਂਦੀ ਸੀ ਨਾ ਰੇਲਵੇ ਲਾਈਨ ਉਹ ਸਾਡੇ ਪਿੰਡ ਦੇ ਬਿਲਕੁਲ ਨਾਲ ਸੀ ਸ਼ਮਾਲ ਸਾਈਡ 'ਤੇ ਜਿਹੜੀ ਲਾਹੌਰੋਂ ਦਿੱਲੀ ਸੜਕ ਜਾਂਦੀ ਸੀ ਉਹ ਜਨੂਬ ਸਾਈਡ 'ਤੇ ਸੀ ਯਾਨੀ ਕਿ ਸੈਂਟਰ 'ਚ ਸਾਡਾ ਪਿੰਡ ਸੀਗਾ ਅਤੇ ਤੁਹਾਡੀ ਜ਼ਮੀਨ ਕਿਹੜੀ ਵੱਲ ਸੀ ਉਸ ਵੇਲੇ ਤਕਸੀਮ ਨਹੀਂ ਸੀਗੀ ਉਸ ਵੇਲੇ ਤਕਸੀਮ ਮੁਸ਼ਤਰਕਾ ਹੀ ਸਾਂਝੀਆਂ ਪੈ ਰਹੀਆਂ ਸਨ ਗੀਆਂ ਸਾਡੀ ਜ਼ਿਆਦਾ ਜ਼ਮੀਨ ਜਿਹੜੀ ਸੀ ਅੰਮ੍ਰਿਤਸਰ ਦੇ ਕਰੀਬ ਅੰਮ੍ਰਿਤਸਰ ਸਾਈਡ 'ਤੇ ਸੀਗੀ ਹਾਂਜੀ ਸਾਡੀ ਮਲਕੀਅਤ ਇਸ ਸਾਈਡ ਤੁਹਾਨੂੰ ਪਤਾ ਤੁਹਾਡੇ ਖੂਹਾਂ ਦੇ ਨਾਂ ਜਿਹੜੇ ਉੱਥੇ ਖੂਹ ਜੀ ਹਾਂ ਮੈਨੂੰ ਪਤਾ ਕੀ ਨਾਂ ਸੀ ਖੂਹਾਂ ਦਾ ਇੱਕ ਅੰਬਾ ਵਾਲਾ ਖੂਹ ਆਉਂਦੇ ਸੀ ਇੱਕ ਮਹਿਰ ਵਾਲਾ ਖੂਹ ਆਉਂਦੇ ਸੀ ਇੱਕ ਚੌਧਰੀ ਵਾਲਾ ਖੂਹ ਆਉਂਦੇ ਸੀ ਇੱਕ ਝਲਾਰ ਆਉਂਦੇ ਸੀ ਕਿਹੜੀ ਕਿਹੜੀ ਸਾਈਡ ਤੇ ਸਨ ਇਹ ਵੀ ਦੱਸੋ ਜਿਹੜਾ ਹੈਗਾ ਸੀ ਅੰਬਾ ਵਾਲਾ ਖੂਹ ਉਹ ਹੈਗਾ ਸੀ ਪਿੰਡ ਤੋਂ ਸ਼ਮਾਲ ਸਾਈਡ ਤੇ ਸਹੀ ਜਿਹੜਾ ਮਹਾਰਾ ਡੇਰਾ ਸੀ ਉਹ ਖੂਹ ਸੀ ਉਹ ਰੇਲਵੇ ਲਾਈਨ ਦੀ ਹਦੂਦ ਦੇ ਅੰਦਰ ਸੀ ਹਾਂਜੀ ਉਹ ਹੈਗਾ ਸੀ ਤਕਰੀਬਨ ਸ਼ਮਾਲ ਤੇ ਮਗਰਬ ਦੀ ਕੋਨੇ ਤੇ ਸਹੀ ਜਿਹੜਾ ਚੌਧਰੀ ਵਾਲਾ ਖੂਹ ਸੀ ਉਹ ਜਨੂਬ ਸਾਈਡ ਤੇ ਸੀਗਾ ਝਲਾਰ ਜਿਹੜੀ ਸੀ ਉਹ ਮਸ਼ਰਕ ਸਾਈਡ ਤੇ ਸੀ ਅੱਛੇ ਡੇਰੇ ਵਸਦੇ ਸਨ ਹਾਂ ਤੇ ਤੁਸੀਂ ਫਿਰ ਜਦੋਂ ਉੱਥੋਂ ਪਿੰਡੋਂ ਨਿਕਲੇ ਕਿੱਦਾਂ ਨਿਕਲੇ ਅਸੀਂ ਇੱਥੇ ਪੈਣ ਲੱਗ ਪਏ ਹਾਂਜੀ ਤੇ ਨਿਕਲੇ ਕਿੱਦਾਂ ਤੁਹਾਡਾ ਪਿੰਡ ਪੂਰਾ ਕਿੱਦਾਂ ਨਿਕਲਿਆ ਉੱਥੋਂ ਪੂਰਾ ਹਾਂ ਮੈਂ ਉਹ ਵੀ ਦੱਸਾਂਗਾ ਉਹ ਇਸ ਤਰ੍ਹਾਂ ਨਿਕਲੇ ਅਸੀਂ ਕਿ ਜਿਸ ਵੇਲੇ ਇਹ ਜੱਥੇ ਪੈਣ ਲੱਗ ਪਿਆ ਸੀ ਨਾ ਤਾਂ ਸਿੱਖ ਸਾਨੂੰ ਆਣ ਕੇ ਦੱਸਦੇ ਰਹਿੰਦੇ ਸਨ ਮੇਰੇ ਵਾਲਦ ਸਾਹਿਬ ਜਾ ਕੇ ਤੇ MNA ਜਿਹੜਾ ਸਾਡਾ ਨਸਰੁੱਲਾ ਖਾਂ ਸੀ ਮੁਸਲਮਾਨਾਂ ਇੱਕ ਕਮੇਟੀ ਬਣਾਈ ਸੀ ਉੱਥੇ ਅਸਲਾ ਦੇਂਦੇ ਸਨ ਗਏ ਹਾਂਜੀ ਵਾਲਦ ਸਾਹਿਬ ਉੱਥੋਂ ਅਸਲਾ ਲਿਆ ਕੇ ਤੇ ਪਿੰਡ ਹੀ ਦੇਂਦੇ ਸਨ ਗਏ ਹਾਂਜੀ ਤੇ ਉਹ ਜ਼ਿਆਦਾ ਆਬਾਦੀ ਜਿਹੜੀ ਸੀ ਮੁਸਲਮਾਨਾਂ ਦੀ ਤਹਿਸੀਲ ਅਜਨਾਲਾ ਸੀ ਜ਼ਿਲ੍ਹੇ ਅੰਮ੍ਰਿਤਸਰ ਦੀ ਉੱਧਰ ਜ਼ਿਆਦਾ ਅਸਲਾ ਦਿੰਦੇ ਸੀ ਤਾਂ ਕਿ ਇਹ ਇੱਧਰੋਂ ਮਾਰ ਕੇ ਲੋਕ ਤੇ ਅਗਾ ਕੱਢੋ ਤੇ ਅੱਗੋਂ ਅੰਮ੍ਰਿਤਸਰ ਵਾਲੇ ਬਾਹਰ ਕੱਢਣਗੇ ਉਹਨਾਂ ਨੂੰ ਲੇਕਿਨ ਉਹ ਜਾਂਦੇ ਸੀ ਜਾ ਕੇ ਪੈਸੇ ਵੱਟ ਲੈਂਦੇ ਸਨ
ਉਹਨਾਂ ਨਾਲ ਉੱਥੋਂ ਦੇ ਅਜਨਾਲੇ ਦੇ ਲੋਕ ਵੇਚ ਦਿੰਦੇ ਸਰ ਗਏ ਹਾਂਜੀ ਉਹ ਫਿਰ ਕਾਮਯਾਬ ਸਕੀਮ ਨਾ ਹੋਈ ਹਫਾਜ਼ਤ ਵਾਸਤੇ ਨਹੀਂ ਕਿ ਤੁਸੀਂ ਰਾਤ ਇਹਨਾਂ ਨੂੰ ਪਵੋ ਤੇ ਇਹ ਇੱਥੋਂ ਆਪੇ ਹਿਜਰਤ ਕਰਕੇ ਨਿਕਲ ਜਾਣ ਤਸੀਲਾਂ ਨਾਲੇ ਚੋਂ ਅਗਾਂਹ ਨਿਕਲ ਜਾਂਦੇ ਰਹੇ ਬਿਆਸ ਕਰਾਸ ਕਰ ਜਾਣੇ ਸਿੱਖ ਲੋਕ ਹਿੰਦੂ ਲੇਕਿਨ ਉਹ ਕਾਮਯਾਬ ਨਾ ਹੋ ਸਕੇ ਅਜਨਾਲੇ ਦੇ ਲੋਕ ਜਦ ਤੱਕ ਚੋਈ ਨਬੀ ਅਹਿਮਦ ਹਵਾਲਦਾਰ ਮਸ਼ਹੂਰ ਸੀ ਮੇਰੇ ਵਾਲਦ ਸਾਹਿਬ ਦੇ ਨਾਮ ਹਾਂਜੀ ਹਾਂ ਆਰਮੀ ਦੇ ਹਾਕੀ ਦੇ ਦੁਨੀਆ ਦੇ ਮੰਨੇ ਹੁਣ ਮੇਰੇ ਖਾਨਦਾਨ ਨੂੰ ਹਵਾਲਦਾਰ ਹੀ ਕਹਿੰਦੇ ਨੇ ਦੁਨੀਆ ਦੇ ਮੰਨੇ ਹੋਏ ਹਾਕੀ ਦੇ ਪਲੇਅਰ ਸਨ ਮੇਰੇ ਵਾਲਦ ਸਾਹਿਬ ਉਹ ਨਹੀਂ ਉਹਨਾਂ ਹਾਕੀ ਖੇਲੀ ਤੇ ਅਮਰੀਕਾ ਤੇ ਮਾਸਕੋ ਚ ਨਹੀਂ ਖੇਲੀ ਬਾਕੀ ਦੁਨੀਆ ਦੇ ਹਰ ਮੁਲਕ ਚ ਖੇਲੀ ਆ ਇੰਡੀਆ ਦੀ ਸੀ ਇੰਡੀਅਨ ਟੀਮ ਉਹਦੇ ਕੈਪਟਨ ਸਨ ਗਏ ਇੱਕ ਹੀ ਮੁਸਲਮਾਨ ਸਨ ਜਦੋਂ ਅੰਗਰੇਜ਼ਾਂ ਦਾ ਦੌਰ ਸੀ ਹਾਂ ਇੱਕ ਹੀ ਮੁਸਲਮਾਨ ਹਾਕੀ ਦੇ ਪਲੇਅਰ ਸਨ ਉਹ ਵੀ ਕੈਪਟਨ ਸਨ ਗਏ ਉਹੀ ਮੇਰੇ ਵਾਲਦ ਸਾਹਿਬ ਉਹਨੇ ਦੁਨੀਆ ਚ ਉਹਨਾਂ ਹਾਕੀ ਖੇਲੀ ਹੈ ਉਹਨਾਂ ਦੇ ਸਿਖਾਏ ਮੈਂ ਵੀ ਕੌਮੀ ਟੀਮ ਤੱਕ ਗਿਆ ਸਾਂ ਹਿੰਦੂ ਲੋਕ ਸਨ ਇਹਨਾਂ ਸਿੱਖਾਂ ਨੂੰ ਆਖਿਆ ਸੀ ਕਿ ਤੁਸੀਂ ਅੱਜ ਔਰੰਗਜ਼ੇਬ ਸੀ ਨਾ ਸ਼ਹਿਨਸ਼ਾਹ ਔਰੰਗਜ਼ੇਬ ਮੁਗਲੀਆ ਕਿ ਉਹ ਤੁਹਾਡੇ ਛੋਟੇ ਛੋਟੇ ਬੱਚਿਆਂ ਨੂੰ ਮਾਰਦੇ ਸਨ ਗੇ ਉਹ ਬੜਾ ਜ਼ਾਲਮ ਆਦਮੀ ਸੀਗਾ ਹਿੰਦੂਆਂ ਨੇ ਕਿ ਇਹ ਇੱਕ ਪਾਉਂਦੇ ਨੇ ਜਨੇਊ ਪਤਲਾ ਜਿਹਾ ਧਾਗਾ ਕਾਲਾ ਉਹਨੂੰ ਕਹਿੰਦੇ ਜਨੇਊ ਜਿਹੜਾ ਇੱਥੋਂ ਪਾਉਂਦੇ ਬਗਲ ਹਾਂ 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 ਤੇ ਜਿਹੜਾ ਰੰਗਾ ਸੀ ਯਾਨੀ ਕਿ ਔਰੰਗਜ਼ੇਬ ਸ਼ਹਿਨਸ਼ਾਹ ਉਹ ਸਵਾ ਮਨ ਲਾ ਕੇ ਤੇ ਫਿਰ ਰੋਟੀ ਖਾਂਦਾ ਸੀਗਾ ਹਿੰਦੂਆਂ ਦੇ ਇਹ ਦੱਸੋ ਜੇ ਸਵਾ ਮਨ ਲਾਹਦਾ ਸੀ ਤੇ ਇੱਕ ਤੋਲੇ ਤੋਂ ਚਾਰ ਮਨ ਤਿੰਨ ਜਾਂ ਇੱਕ ਤੋਲੇ ਦਾ ਲਾ ਲਓ ਕਿਲੋ ਪਿੱਛੇ 80 ਮਰ ਗਏ ਹਾਂਜੀ 4000 ਰੋਜ਼ ਦਾ ਮੁਸਲਮਾਨ ਕਰਦਾ ਤਾਂ ਹਿੰਦੁਸਤਾਨ 'ਚ ਹਿੰਦੂ ਕੋਈ ਰਹਿ ਸਕਦਾ ਸੀਗਾ ਇਹਨਾਂ ਆਖਿਆ ਉਹ ਬਦਲਾ ਲਓ ਹਾਂਜੀ ਸਿੱਖ ਬਾਦਸ਼ਾਹ ਕੌਮ ਸੀਗੀ ਇਹ ਇਹਨਾਂ ਨੂੰ ਕੋਈ ਚੀਜ਼ ਕਰਨੀ ਹੋਵੇ ਤੇ ਇਹ ਸੱਟ ਲੱਗ ਜਾਏ ਜਾਂ ਨੁਕਸਾਨ ਹੋ ਜਾਏ ਸਾਲ ਬਾਅਦ ਪਤਾ ਲੱਗਦਾ ਸੀ ਕਿ ਸਾਥੋਂ ਨੁਕਸਾਨ ਕੀਤਾ ਤੇ ਤਾਂ ਨੁਕਸਾਨ ਹੋਇਆ ਮੁਸਲਮਾਨ ਵੇਲੇ ਦੇ ਵੇਲੇ ਸੋਚਦਾ ਸੀ ਸਿੱਖਾਂ ਨੂੰ ਉਹਨਾਂ ਇਸਤੇਮਾਲ ਕੀਤਾ ਖੁਦ ਉਹ ਨਹੀਂ ਸੀਗਾ ਆ ਸਕੇ ਹਿੰਦੂ ਖੁਦ ਨਹੀਂ ਸੀ ਆਏ ਸਿੱਖ ਹੀ ਆਉਂਦੇ ਸਿੱਖਾਂ ਨੂੰ ਇਸਤੇਮਾਲ ਉਹਨਾਂ ਕੀਤਾ ਗਾ ਮੁਸਲਮਾਨਾਂ ਨਾਲ ਲੜਾਈ ਕਰਨ ਲੜਾਈ ਕਰੋ ਤੇ ਮੁਸਲਮਾਨਾਂ ਨੂੰ ਮਾਰੋ ਫਿਰ ਬੜੇ ਬੇਬਹਾ ਮਾਰੇ ਨੇਗੇ ਇੱਥੋਂ ਤੱਕ ਜਿਹੜੇ ਕਾਫਲੇ ਆਉਂਦੇ ਸਨ ਨਾ ਪਿੱਛੋਂ ਜਲੰਧਰ ਵੱਲੋਂ ਜਾਂ ਪਰਾਂ ਦਿੱਲੀ ਵੱਲੋਂ ਰਾਹ ਦੇ ਵਿੱਚ ਜਿਹੜੇ ਖੂਹ ਹੁੰਦੇ ਸਨ ਨਾ ਉਹਨਾਂ 'ਚ ਜ਼ਹਿਰ ਪਾ ਦਿੰਦੇ ਸਨ ਸਿੱਖ ਹਿੰਦੂ ਹਿੰਦੂ ਜ਼ਹਿਰ ਪਾ ਦਿੰਦੇ ਸਨ ਗੇ ਮੁਸਲਮਾਨ ਜੇ ਪੀ ਲਿਆ ਤੇ ਉਹ ਮਰ ਜਾਂਦੇ ਸਨ ਗੇ ਇਸ ਤਰ੍ਹਾਂ ਬਹੁਤ ਜ਼ਿਆਦਾ ਮੋਏ ਲੋਕ ਰਸਤਿਆਂ 'ਚ ਜਿਹੜੇ ਖੂਹ ਆਉਂਦੇ ਸਨ ਗੇ ਪਤਾ ਲੱਗਿਆ ਇੱਥਣੀ ਕਾਫਲਾ ਜਾ ਰਿਹਾ ਤੇ ਰਾਹ 'ਚ ਉਹਦੇ ਜ਼ਹਿਰ ਪਾ ਦੇਣੀ ਆ ਆਖਿਰ ਜ਼ਹਿਰ ਹੈ ਪਾਣੀ ਤਾਂ ਪੀਣਾ ਹੀ ਸੀਗਾ ਉਹ ਫਿਰ ਬਹੁਤ ਜ਼ਿਆਦਾ ਲੋਕ ਮਰ ਜਾਂਦੇ ਸਨ ਇਸ ਤਰ੍ਹਾਂ ਹੀ ਮਾਰੇ ਕੁਝ ਕਤਲ ਜ਼ਿਆਦਾ ਕੀਤੇ ਉਹਨਾਂ ਮੈਂ ਦੱਸਾਂਗੇ ਹਾਂਜੀ ਆਮ ਬੱਚੀਆਂ ਔਰਤਾਂ ਜਿਹੜੀਆਂ ਸੀ ਜੇ ਕਨਵੀਨ ਸਨ ਹਮਲਾ ਸਨ ਗਈਆਂ ਹਾਂਜੀ ਉਹਨਾਂ ਦਾ ਪੇਟ ਚੱਕ ਕਰਕੇ ਉਹਨਾਂ ਦਾ ਬੱਚਾ ਤਾਂ ਸੁੱਟ ਕੇ ਥੱਲਿਓਂ ਨੇਜ਼ਾ ਕਰ ਰੱਖਣਾ ਤੁਹਾਡਾ ਪਾਕਿਸਤਾਨ ਬਣ ਗਿਆ ਜੇਗਾ ਇਹ ਹਾਲਤ ਕਰਦੇ ਸਨ ਲੋਕਾਂ ਦੀ ਜ਼ੁਲਮ ਇੱਧਰ ਵੀ ਹੋਇਆ ਜ਼ੁਲਮ ਉੱਧਰ ਵੀ ਹੋਇਆ ਉੱਧਰ ਵੀ ਹੋਇਆ ਉੱਧਰ ਜ਼ਿਆਦਾ ਜ਼ੁਲਮ ਉੱਧਰ ਪਹਿਲੇ ਤੋਂ ਸ਼ੁਰੂ ਹੋ ਗਿਆ ਸੀ ਉਹ ਮਾਰਚ ਤੋਂ ਸ਼ੁਰੂ ਹੋ ਗਿਆ ਸੀ ਅਸੀਂ ਸਕੂਲ 'ਚ ਪੜ੍ਹਦੇ ਸੀਗੇ ਪੇਪਰ ਹੀ ਦੇ ਲਏ ਸਰਗੇ ਰਿਜ਼ਲਟ ਸਾਡਾ ਨਿਕਲ ਗਿਆ ਅਸੀਂ ਸਕੂਲੇ ਗਏ ਹਾਂ ਅਤੇ ਸਾਨੂੰ ਕਹਿਣ ਲੱਗੇ ਕਿ ਤੁਸੀਂ ਰਾਤ ਦੇ ਜਥੇ ਨਸੇ ਫਿਰਦੇ ਰਹੇ ਸਿੱਖ ਅਤੇ ਹਿੰਦੂ ਰਲ ਕੇ ਤੁਸੀਂ ਸਕੂਲ ਚਲੇ ਜਾਓ ਆਪਣੇ ਘਰਾਂ ਨੂੰ ਹਾਂ ਅਸੀਂ ਖੁਦ ਜਿਹੜਾ ਸਿਵਲ ਨਾਫਰਮਾਨੀ ਜਿਸ ਵਕਤ ਹੋਈ ਹੈ ਨਾ ਉਸ ਵੇਲੇ ਸਾਡੇ ਕਾਲਜ ਐਮਓ ਕਾਲਜ ਦੇ ਨੇ ਲੜਕਿਆਂ ਨੇ ਆਣ ਕੇ ਸਾਨੂੰ ਛੁੱਟੀ ਕਰਾ ਦਿੱਤੀ ਸਕੂਲ ਕਿਸੇ ਸਕੂਲ ਦੇ ਵਿੱਚੋਂ ਅਸੀਂ ਵੀ ਕਾਲਜ ਚਲੇ ਗਏ ਹਾਂਜੀ ਉੱਥੇ ਲੜਕੇ ਤਕਰੀਰਾਂ ਕਰਦੇ ਸਨ ਕਾਫੀ ਮੁੰਡੇ ਜੋਸ਼ 'ਚ ਪਾਕਿਸਤਾਨ ਦੇ ਮੁਤਲਕ ਉਹਨਾਂ ਫਿਰ ਬਾਹਰ ਗ੍ਰਿਫਤਾਰ ਕਰ ਲੈਂਦੇ ਆ ਫਿਰ ਅਸੀਂ ਕੱਢੇ ਤੋਰਿਆ ਆਪਣਾ ਜਨਾਬ ਜਲੂਸ ਕਟਵਾਲੀ ਨੂੰ ਕਟਵਾਲੀ ਜਿਸੇ ਗਏ ਤੇ ਅਸੀਂ ਜਿਹੜੇ ਬੱਚੇ ਸਨ ਨਾ ਹਾਂਜੀ ਅਸੀਂ ਅੱਗੇ ਸਾਂ ਸਕੂਲ ਦੇ
ਅਸੀਂ ਜ਼ੰਜੀਰ ਬਣਾਈ ਸੀ ਹੱਥਾਂ ਦੀ ਸਹੀ ਤੇ ਤਕਰੀਬਨ ਸੈਂਟਰ 'ਚ ਮੈਂ ਤੁਰਿਆ ਜਾਂਦਾ ਸੀਗਾ। ਗੋਲ ਹੱਟੀ ਸਾਡੇ ਆਪਣੇ ਹਾਲ ਬਾਜ਼ਾਰ ਦੇ ਵਿੱਚ ਸੀਗੀ, ਉੱਥੇ ਅੱਗੇ ਪੁਲਿਸ ਨੇ ਸਾਨੂੰ ਡੱਕ ਲਿਆ। ਅਸੀਂ ਗਾਂਹ ਲੰਘੇ, ਉਹਨੇ ਮੇਰੇ ਅਜੇ ਮੇਰੇ ਇੱਥੇ ਦਰਦ ਹੁੰਦੀ ਆ, ਇਸ ਜਗ੍ਹਾ 'ਤੇ ਮੇਰੇ ਨਾਲ ਉਹਨੇ ਸੋਟਾ ਮਾਰਿਆ ਅਤੇ ਮੈਂ ਪਹਿਲਾ ਸੋਟਾ ਜਿਹੜਾ ਸੀ ਸਿਵਲ ਨਾਮ ਫਰਮਾਨ ਦਾ ਅੰਮ੍ਰਿਤਸਰ 'ਚ ਮੈਂ ਖਾਧਾ ਸੀ। ਹਾਂਜੀ, ਇਸ ਤਰ੍ਹਾਂ ਬੜੀ ਪੁਲਿਸ ਕੁੱਟਦੀ, ਬੜਾ ਕੁਝ ਕਰਦੀ ਸੀਗੀ, ਪਰ ਅਸੀਂ ਵੀ ਐਡੇ ਹੋਏ ਸਾ ਸਖਤ ਪਾਕਿਸਤਾਨ ਜ਼ਹਿਨ ਲੈ ਕੇ ਕਿ ਜਲੂਸ ਅਸੀਂ ਰੋਜ਼ ਕਰਦੇ ਸਿਵਲ ਨਾ ਫਰਮਾਨੀ ਦਾ। ਉਦੋਂ ਬੱਚੇ ਬੱਚੇ ਦੇ ਵਿੱਚ ਵੀ ਪਾਕਿਸਤਾਨ, ਹਾਂ ਕਹਿੰਦੇ ਬੱਚਾ ਬੱਚਾ ਹੋ ਗਿਆ। ਅੱਛਾ, ਤੇ ਤੁਸੀਂ ਫਿਰ ਜਦੋਂ ਉੱਥੋਂ ਨਿਕਲ ਆਏ, ਹਾਂਜੀ, ਪਿੰਡ ਪੂਰਾ ਨਹੀਂ ਨਿਕਲਿਆ ਨਾਲ? ਨਹੀਂ, ਉਸ ਤਰ੍ਹਾਂ ਹੋਈ ਨਾ ਕਿ ਉਹਨਾਂ ਇਹ ਕਿਹਾ, ਇੱਕ ਤਾਂ ਰਾਮ ਦਿੱਤਾ ਥਾਣੇਦਾਰ ਸੀ ਸਾਡਾ, ਹਾਂਜੀ, ਥਾਣੇ ਸਦਰ ਦਾ, ਹਾਂਜੀ, ਉਹਨੇ ਇੱਥੋਂ ਦਰਬਾਰ ਸਾਹਿਬ 'ਚ ਸਿੱਖਾਂ ਆਖਿਆ ਸੀ ਕਿ ਜਦ ਤੱਕ ਚੌਹੀ ਨਬੀ ਆਮਦ ਨੂੰ ਕਤਲ ਨਾ ਕਰਾਏਗਾ ਤਦ ਤੱਕ ਅਸੀਂ ਮਸ਼ਰਕ ਸਾਈਡ 'ਤੇ ਕਾਮਯਾਬ ਨਹੀਂ ਹੋਣਦੇ। ਅੱਛਾ ਅੱਛਾ, ਹਾਂਜੀ, ਹਾਂ, ਅਤੇ ਇਹ ਵੀ ਸਾਡੇ ਕੋਲ ਇਤਲਾਵਾਂ ਹੁੰਦੀਆਂ ਸਰ ਗਈਆਂ। ਹਾਂਜੀ, ਉਸ ਤੋਂ ਬਾਅਦ ਜਨਾਬ ਜਿਸ ਤਰ੍ਹਾਂ ਉਹਨਾਂ ਕਿਹਾ ਹੈ, ਜਦ ਤੱਕ ਫਿਰ ਪੈਂਦੇ ਰਹੇ, ਕਈ ਝਗੜੇ ਵੀ ਹੋਏ ਮੇਰੇ ਵਾਲਦ ਸਾਹਿਬ ਦੇ ਅਤੇ ਪੁਲਿਸ ਦੇ। ਹਾਂਜੀ, ਕਿ ਉਹਨਾਂ ਕਿਹਾ ਕਿ ਜਿੱਥੇ ਚੌਹੀ ਨਬੀ ਆਮਦ ਹੋਣਗੇ ਉੱਥੇ ਕਿਉਂ ਨਾ ਅਸਲਾ ਮਿਲੇਗਾ। ਅੱਛਾ, ਜਿਸ ਦਿਨ ਅੱਲੋ ਫੌਤ ਹੈ, ਅਤੇ ਉਹਨਾਂ ਆਖਿਆ ਕਿ ਮੈਂ ਕੋਈ ਰਾਮ ਦਿੱਤਾ ਨਹੀਂ ਜਿਹਨੇ ਫੈਕਟਰੀ ਬਣਾ ਕੇ ਅਤੇ ਮੁਸਲਮਾਨਾਂ ਨੂੰ ਕਤਲ ਕਰ ਦਿੰਦੇ ਹੈਗੇ। ਉਹਨੇ ਆਖਿਆ ਜੋ ਕਰਾ ਰਿਹਾ ਰਾਮ ਦਿੱਤਾ ਤੂੰ ਕਰਾ ਰਿਹਾ, ਮੇਰੇ ਇਲਾਕੇ ਦੇ ਵਿੱਚ ਜਿੰਨੇ ਬੰਦੇ ਮਰਵਾਇਆ ਨਾ ਤੂੰ ਮਰਵਾਇਆ, ਇਹ ਵੀ ਤੂੰ ਹੀ ਮਰਵਾਇਆ, ਸਹੀ ਹੋ ਗਿਆ, ਜਿਹੜਾ ਸਾਡੇ ਪਿੰਡ 'ਚ ਕਤਲ ਹੋਇਆ ਗਾ ਇਹ ਤੂੰ ਮਰਵਾਇਆ। ਇਸ ਤਰ੍ਹਾਂ ਝੜਪ ਹੁੰਦੀ ਰਹਿੰਦੀ ਸੀ, ਮੇਰੇ ਵਾਲਦ ਸਾਹਿਬ ਡਰਦੇ ਨਹੀਂ ਸਰ ਉਹਨਾਂ ਤੋਂ ਕਿਸੇ ਤੋਂ ਵੀ। ਹਾਂਜੀ, ਫਿਰ ਜਿਸ ਵੇਲੇ ਅਸਲਾ ਮਿਲਣੋਂ ਵੀ ਖਤਮ ਹੋ ਗਿਆ ਨਾ ਸਾਨੂੰ, ਅਤੇ ਉਹਨਾਂ ਇਹ ਕਿਹਾ ਕਿ ਹੁਣ ਜਲਦੀ ਕਤਲ ਕੀਤੇ ਜਾਣਗੇ। ਫਿਰ ਵਾਲਦ ਸਾਹਿਬ ਮੇਰੇ ਆਏ ਨੇ ਰਾਤ ਨੂੰ, ਅਸਲਾ ਨਹੀਂ ਮਿਲਿਆ, ਗੱਡੀ 'ਤੇ ਬਹਿ ਕੇ ਆਏ ਨੇਗੇ। ਹਾਂਜੀ, ਉਸ ਵੇਲੇ ਇੱਧਰੋਂ ਮੀਆਂ ਵਾਲੀ ਵੱਲੋਂ ਸਿੱਖ ਜਾ ਰਿਹਾ ਸਰ ਉੱਧਰ ਨੂੰ, ਹਾਂਜੀ, ਭਰਾ ਅੰਮ੍ਰਿਤਸਰੋਂ, ਅਤੇ ਉਹ ਉੱਥੇ ਗੋਰਖਿਆਂ ਦੀ ਫੌਜ ਸੀ ਨਾਲ, ਅਤੇ ਉਹਨਾਂ ਕਿਹਾ ਕਿ ਉਹ ਮੁਸਲਿਓ ਤੋਂ ਹੁਣ ਵੀ ਮੇਰੇ ਸਿਰ 'ਤੇ ਬੈਠਦੇ ਹੋ। ਅੱਛਾ, ਉਹਨਾਂ ਨੇ ਕਿਹਾ? ਹਾਂ, ਉਹਨਾਂ ਕਿਹਾ, ਵਾਲਦ ਸਾਹਿਬ ਕਿਹਾ ਕਿ ਹੁਣ ਮੈਂ ਨਹੀਂ ਰਹਿਣਾ। ਇਹਨਾਂ ਨੂੰ ਪਤਾ ਸੀ, ਇਹ ਵੀ ਪਤਾ ਸੀ ਕਿ ਫਿਰੋਜ਼ਪੁਰ ਜਿਹੜਾ ਹੈ ਅੰਮ੍ਰਿਤਸਰ ਨਹੀਂ ਆਏਗਾ, ਹਾਂਜੀ, ਗੁਰਦਾਸਪੁਰ ਪਾਕਿਸਤਾਨ 'ਚ ਆਏਗਾ, ਅੰਮ੍ਰਿਤਸਰ ਨਹੀਂ ਆਉਣਾ, ਇਹ ਉਹਨਾਂ ਨੂੰ ਪਤਾ ਲੱਗ ਚੁੱਕਾ ਸੀਗਾ ਮੇਰੇ ਵਾਲਦ ਸਾਹਿਬ। ਇਹਨਾਂ ਫਿਰ ਕਿਹਾ ਘਰ ਆਣ ਕੇ ਕਿ ਸੁਬਹਾ 9 ਵਜੇ ਮੈਂ ਚਲੇ ਜਾਣਾ ਹੈ ਇੱਥੋਂ, ਮੇਰੇ ਨਾਲ ਜਿਹਨੇ ਜਿਹਨੇ ਘਰੋਂ ਜਾਣਾ ਚੱਲੋ। ਅੱਛਾ, ਆ ਕੇ ਉਹਨਾਂ ਨੇ ਕਿਹਾ? ਹਾਂ, ਅਸੀਂ ਜਨਾਬ ਸੁਬਹਾ 9 ਵਜੇ ਸਟੇਸ਼ਨ 'ਤੇ ਗੱਡੀ ਆਈ, ਉਸ ਵੇਲੇ ਨੂੰ ਅਸੀਂ ਸਟੇਸ਼ਨ 'ਤੇ ਪਹੁੰਚ ਚੁੱਕੇ ਸਨ। ਸਮਾਨ ਸਮੂਨ ਲੈ ਕੇ ਆਏ ਕਿ ਕੋਈ ਸ਼ੈ ਨਾ? ਕੋਈ ਸ਼ੈ ਨਹੀਂ, ਖਾਲੀ ਆਇਆ, ਉਸੇ ਤਰ੍ਹਾਂ ਖਾਲੀ, ਆਪਣੇ ਟੂਮਾ ਸ਼ਮਾ ਹਰ ਚੀਜ਼, ਉਹ ਤਾਂ ਖੈਰ ਪੈਸੇ ਜਾਂ ਜੇ ਵੋ ਸੀਗਾ ਉਹ ਅਸੀਂ ਲੈ ਆਉਂਦਾ ਹੈ। ਹਾਂਜੀ, ਮੇਰੇ ਵੱਡਾ ਭਾਈ ਪਟਵਾਰੀ ਸੀਗਾ, ਉਹ ਤੇ ਉਸ ਤੋਂ ਛੋਟਾ ਸਦੀਕ ਸੀ, ਤੇ ਮੇਰੀ ਅੰਮਾ, ਉਹਨਾਂ ਦਾ ਕੀ ਨਾਮ ਸੀ? ਹਾਂਜੀ, ਅਸਮਾਇਲ, ਇਸਮਾਇਲ, ਉਸ ਟਾਈਮ ਉੱਥੇ ਪਟਵਾਰੀ ਸਨ? ਹਾਂ, ਨਹੀਂ, ਉਹ ਪਾਕਿਸਤਾਨ ਚਾੜ ਕੇ ਉਹਨਾਂ ਕੋਰਸ ਕੀਤਾ ਸੀਗਾ। ਅੱਛਾ ਜੀ, ਉਹ ਸਰ ਉੱਥੇ ਉਸ ਵੇਲੇ ਸਾਡੇ ਕੋਲ ਮੱਝਾਂ, ਮੇਰੇ ਕੋਲ 18-19 ਮੱਝਾਂ ਸਨ ਗਈਆਂ, 4 ਬਲਦ ਸਨ, ਉਹ ਟਰੈਕਟਰ ਤਾਂ ਹੈ ਹੀ ਨਹੀਂ ਸੀ ਉਸ ਵਕਤ। ਹਾਂਜੀ, ਹਲਾਂ ਨਾਲ ਹੀ ਕੰਮ ਚੱਲਦਾ ਸੀ, ਉਹ ਚੂੜੇ ਜਿਹੜੇ ਉਹ ਸੇਪੀ ਰੱਖਦੇ ਸਨ, ਅਸੀਂ ਨਾਲ ਨੌਕਰ। ਮਕਾਨ ਕਿੱਦਾਂ ਦਾ ਸੀ ਤੁਹਾਡੇ? ਮਕਾਨ ਸਾਡਾ ਸਾਰਾ ਪਿੰਡ ਕੱਚਾ ਸੀ, ਇੱਕ ਮੇਰਾ ਚਾਚਾ ਸੀ ਉਹਦਾ ਮਕਾਨ ਪੱਕਾ ਸੀ, ਹਾਜੀ ਜਲਾਲ, ਮਸਜਿਦ ਪੱਕੀ ਸੀ, ਉਹਦਾ ਘਰ ਪੱਕਾ ਸੀ, ਬਾਕੀ ਸਾਰਾ ਪਿੰਡ ਪੱਕਾ ਸੀ, ਜ਼ਿਲ੍ਹੇ ਦਾ ਅਮੀਰ ਤਰੀਨ ਪਿੰਡ ਸੀ। ਤਾਇਆ ਅਬੂ ਸਨ? ਹਾਂਜੀ, ਉਹਨਾਂ ਦਾ ਵੀ ਕੱਚਾ ਸੀ, ਉਹਨਾਂ ਦਾ ਵੀ ਕੱਚਾ ਸੀ, ਗਲੀਆਂ ਪੱਕੀਆਂ ਸਨ, ਜਿਸ ਤਰ੍ਹਾਂ ਅੱਜ ਕੱਲ੍ਹ ਪੀ ਸੀ ਪੈ ਰਹੀ ਹੈ, ਇਸ ਤਰ੍ਹਾਂ ਹੀ ਸੀਗੀਆਂ। ਪੂਰੇ ਜ਼ਿਲ੍ਹੇ ਅੰਮ੍ਰਿਤਸਰ ਦੇ ਵਿੱਚ ਸਫਾਈ ਦੇ ਵਿੱਚ 1 ਨੰਬਰ ਆਉਂਦਾ ਸਾਡਾ ਪਿੰਡ, ਹੈ ਸੀ ਕੱਚਾ, ਗਲੀਆਂ ਪੱਕੀਆਂ ਸਨ, ਪਾਣੀ ਸਾਰਾ ਗਲੀਆਂ ਦਾ ਜਿੰਨਾ ਸੀ ਸਾਰਾ ਬਾਹਰ ਜਾਂਦਾ ਸੀਗਾ, ਦਰਵਾਜ਼ਾ ਇੱਕ ਪੂਰੇ ਪਿੰਡ ਦਾ, ਇੱਕ ਦਰਵਾਜ਼ੇ 'ਚ ਅੰਦਰ ਆ ਜਾਓ। ਹਾਂਜੀ, ਜਦ ਸਹੀ ਮੇਨ ਗੇਟ ਸੀਗਾ, ਸਾਰਾ ਪਿੰਡ ਅੰਦਰੋਂ ਗਲੀਆਂ 'ਚ ਫਿਰ ਕੇ ਨਿਕਲਣਾ ਉੱਥੋਂ ਹੀ ਆ ਬਾਹਰ, ਹੋਰ ਕੋਈ ਰਸਤਾ ਨਹੀਂ ਸੀ, ਹੋਰ ਕੋਈ ਰਸਤਾ, ਜਿਸ ਵਜ੍ਹਾ ਤੋਂ ਸਾਡੇ ਪਿੰਡ 'ਚ ਜੱਥੇ ਜਿਹੜੇ ਸੀ ਉਹ ਕਾਮਯਾਬ ਨਹੀਂ ਸੀ ਹੁੰਦਾ। ਹਾਂ, ਇਸ ਤਰ੍ਹਾਂ ਦਾ ਸੀ, ਗੋਲ ਪਿੰਡ ਸੀ, ਦਰਵਾਜ਼ਾ ਇੱਕ ਸੀ। ਹਾਂਜੀ, ਉਹਦੇ ਵਿੱਚ ਸਾਰੀਆਂ ਗਲੀਆਂ ਜਿਹੜੀਆਂ ਸਨ ਕੁਆਇਆ ਜਾਂਦੀ, ਕੁਆਇਆ ਕਿੰਨੀਆਂ ਸੀ ਉੱਥੇ? ਹੈ ਮਸਜਿਦਾਂ, ਮਸਜਿਦ ਇੱਕ ਸੀ, ਇੱਕ ਹੀ ਮਸਜਿਦ। ਹਾਂਜੀ, ਪੱਕੀ ਸੀ, ਪੱਕੀ ਬੜੀ ਪਿਆਰੀ ਮਸਜਿਦ, ਪਰ ਉਸ ਵਕਤ ਲੱਖਾਂ ਰੁਪਏ ਲੱਗੇ ਸੀ ਉਸ ਮਸਜਿਦ 'ਚ, ਕਾਫੀ ਵੱਡੀ ਮਸਜਿਦ ਸੀ, ਬੜੀ ਵੱਡੀ ਮਸਜਿਦ, ਕੰਮ ਉਹਦੇ ਕੋਈ 400-450 ਆਦਮੀ ਨਮਾਜ਼ 'ਚ ਪੜ੍ਹ ਸਕਦਾ ਸੀ, ਮਾਸ਼ਾਅੱਲਾ, ਐਡੀ ਵੱਡੀ ਮਸਜਿਦ ਸੀਗੀ, ਸੰਗੇ ਬਰਬਰ ਲੱਗਾ ਸੀ ਸਾਰੀ ਚੀਜ਼।
ਹਾਂਜੀ ਫਿਰ ਅਸੀਂ ਜਨਾਬ ਸਟੇਸ਼ਨ ਤੇ ਆਏ ਆ ਹਾਂਜੀ ਮਾਨਾਲੇ ਸਟੇਸ਼ਨ ਤੇ ਹਾਂਜੀ ਮੇਰਾ ਮੈਥੋਂ ਵੱਡਾ ਮੇਰਾ ਭਾਈ ਸੀਗਾ ਹਾਂਜੀ ਅਜੀ ਅਬਦੁਲ ਅਜ਼ੀਜ਼ ਦਾ ਨਾਂ ਉਹ ਹਾਂਜੀ ਮੈਂ ਭਾਈ ਪਟਵਾਰੀ ਦੀ ਬੀਵੀ ਭਾਈ ਪਟਵਾਰੀ ਦਾ ਬੇਟਾ ਅਤੇ ਵਾਰਿਸ ਸਾਹਿਬ ਇਹ ਅਸੀਂ ਸਟੇਸ਼ਨ 'ਤੇ ਆਏ ਜਿਸ ਵੇਲੇ ਉੱਥੇ ਕਮ ਅਜ਼ ਕਮ 15-16 ਆਦਮੀ ਸਿੱਖ ਸਪਿਰਿਟ ਹੈ ਜਿਸ ਵਾਰਿਸ ਸਾਹਿਬ ਨੂੰ ਵੇਖਿਆ ਤਾਂ ਸਾਰੇ ਆ ਗਏ ਉੱਥੇ ਉੱਥੇ ਆ ਗਏ ਹਾਂ ਉਹ ਕਹਿਣ ਲੱਗੇ ਤੁਸੀਂ ਕਿੱਧਰ ਚੱਲੇ ਜੇਗੇ ਉਹਨੇ ਆਖਿਆ ਕਿ ਮੈਂ ਚੱਲਿਆ ਹੈ ਬਟਾਲੇ ਸ਼ਾਦੀ 'ਤੇ ਹਾਂਜੀ ਉਹਨਾਂ ਆਖਿਆ ਤੁਸੀਂ ਆਓਗੇ ਕਿਸੇ ਉਹਨਾਂ ਆਖਿਆ ਮੈਂ ਅਮਲ ਕੱਲ੍ਹ ਆ ਜਾਵਾਂਗੇ ਜੇ ਪਾਓ ਉਹਨਾਂ ਆਖਿਆ ਕੀ ਕੰਮ ਦੱਸੋ ਉਹਨਾਂ ਆਖਿਆ ਅਮਨ ਕਮੇਟੀਆਂ ਬਣਾਈਏ ਹਾਂਜੀ ਤਾਂ ਕਿ ਜੇ ਤੁਹਾਨੂੰ ਕੋਈ ਪਏ ਤਾਂ ਅਸੀਂ ਮਦਦ ਕਰੀਏ ਸਾਨੂੰ ਪਏ ਤੁਸੀਂ ਮਦਦ ਕਰੋ ਵਾਰਿਸ ਸਾਹਿਬ ਨੂੰ ਪਤਾ ਸੀ ਕਿ ਮਕਾਰੀ ਕਰ ਰਹੇ ਨੇਗੇ ਉਹਨਾਂ ਆਖਿਆ ਕੱਲ੍ਹ ਮੈਂ ਨਹੀਂ ਤਾਂ ਪਰਸੋਂ ਮੈਂ ਸ਼ਾਦੀ ਤੋਂ ਆ ਜਾਣਾ ਵਾਪਸ ਅਤੇ ਫਿਰ ਤੁਹਾਨੂੰ ਮੈਂ ਸਰਾਂ ਭੇਜਾਂਗਾ ਅਤੇ ਆ ਜਾਣਾ ਉਹਨਾਂ ਜਿਹੜਾ ਕੋਈ ਸਾਡਾ ਥੋੜ੍ਹਾ ਬਹੁਤਾ ਸਮਾਨ ਸਿਖਰ ਚੁੱਕੇ ਗੱਡੀ 'ਚ ਰੱਖਿਆ ਅੱਛਾ ਤੁਹਾਡੇ ਹਾਂ ਅਸੀਂ ਤਕਰੀਬਨ 1-2 ਵਜੇ ਲਾਹੌਰ ਪਹੁੰਚ ਗਏ ਅੱਛਾ ਉੱਦਣ ਹੀ ਹਾਂ ਤੁਸੀਂ ਨਹੀਂ ਫਿਰ ਵੇਖਿਆ ਕੋਈ ਵੀ ਮਰੇ ਆ ਬੰਦੇ ਜਾਂ ਬੜੇ ਵੇਖੇ ਵੇਖੇ ਨਾ ਦੇਖੇ ਨੇ ਕਿੱਦਾਂ ਦੱਸੋ ਥੋੜ੍ਹਾ ਜਿਹਾ ਹਾਂਜੀ ਅਸੀਂ ਜਿਸ ਵੇਲੇ ਛੋਟਾ ਸੀ ਮੈਂ ਉਂਝ ਹਾਂਜੀ 14 ਸਾਲ ਉਮਰ ਸੀ ਮਾਸ਼ਾਅੱਲਾ ਹਾਂ 13-14 ਸਾਲ ਮੇਰੀ ਉਮਰ ਸੀ ਅਸੀਂ ਲਾਹੌਰ ਦਾ ਮੈਂ ਸਾਰਾ ਹੀ ਵਾਕਫ ਸਾਂ ਪਹਿਲੇ ਹੀ ਲਾਹੌਰ ਆਉਂਦਾ ਮੈਂ ਪਹਿਲੇ ਆ ਗਿਆ ਸਾਂ ਲਾਹੌਰ ਰਿਜ਼ਲਟ ਨਿਕਲ ਤੋਂ ਮੈਂ ਲਾਹੌਰ ਆ ਗਿਆ ਸੀਗਾ ਹਾਂ ਰਿਸ਼ਤੇਦਾਰ ਸਾਡੇ ਨਾਲ ਇਲਾਕਾ ਨਵਾਬ ਸਾਹਿਬ ਦੇ ਨਾਲ ਪਿੰਡ ਖੰਮੀ ਉੱਥੇ ਅਸੀਂ ਆ ਗਏ ਸਰ ਬਾਅਦ 'ਚ ਫਿਰ ਨਿਆਜ਼ਮੇ ਗਏ ਰਹੇ 10 ਸਾਲ ਹਾਂਜੀ ਉਸ ਇਹ ਹਾਲਤ ਸੀ ਕਿ ਜੇ ਮੁਸਲਮਾਨਾਂ ਦੀ ਆਈ ਆ ਨਾ ਗੱਡੀ ਭਰਿਓਂ ਅਤੇ ਜਿਹੜੇ ਹੈਗੇ ਸਰ ਸਟੇਸ਼ਨ ਮਾਸਟਰ ਜਾਂ ਪੁਲਿਸ ਉਹ ਦੱਸ ਦਿੰਦੇ ਸੀ ਕਿ ਮੁਸਲਮਾਨਾਂ ਦੀ ਗੱਡੀ ਆ ਰਹੀ ਆ ਉਹ ਫਿਰ ਸਿੱਖ ਆ ਜਾਂਦੇ ਸੀ ਉਹ ਕਤਲ ਕਰਦੇ ਸੀ ਬੇਬਾ ਕਤਲ ਕਰਦੇ ਉਹਨਾਂ ਨੂੰ ਹਾਂ ਹਾਂਜੀ ਸਾਡਾ ਪਿੰਡ ਇਸ ਤਰ੍ਹਾਂ ਬਚਿਆ ਹੈ ਕਿ ਜੇ ਸਾਡੇ ਪਿੰਡ ਦੇ ਸ਼ਮਾਲ ਸਾਈਡ 'ਤੇ ਬਿਲਕੁਲ ਸਾਹਮਣੇ ਉੱਥੇ ਕਾਸ਼ਨ ਸੀ ਪੁਲੀ ਬਣ ਲਈ ਸੀਗੀ ਅਤੇ ਸਾਡੇ ਲੋਕਾਂ ਨੂੰ ਇਹ ਪਤਾ ਹੁੰਦਾ ਸੀ ਕਿ ਇੱਥੋਂ ਇਸ ਵੇਲੇ ਗੱਡੀ ਆਉਣੀ ਆ ਇਹ ਫਿਰ ਆਪਣਾ ਸਮਾਨ ਲੈ ਕੇ ਅਤੇ ਗੱਡੀ ਬਹਿ ਅਤੇ ਲਾਹੌਰ ਆ ਜਾਂਦੇ ਸੀ ਨਜ਼ਦੀਕ ਸੀ ਅੰਮ੍ਰਿਤਸਰ ਵੀ ਨਜ਼ਦੀਕ ਸੀ ਇਹ ਵੀ ਜਿਹੜੀ ਕਾਸ਼ਰ ਬਣਦਾ ਸੀ ਨਾ ਉਹ ਜ਼ਿਆਦਾ ਜ਼ਿਆਦਾ ਨਾ 1.5 ਕਿਲੋਮੀਟਰ ਸੀਗਾ ਇੰਨੇ ਫਾਸਲੇ 'ਤੇ ਇਸ ਕਰਕੇ ਸਾਨੂੰ ਆਸਾਨੀ ਰਹੀ ਲੋਕਾਂ ਨੂੰ ਉੱਥੋਂ ਨਿਕਲਣ ਦੀ ਨਿਕਲ ਆਇਆ ਸਿਰਫ ਉਹ ਇੱਕ ਕਤਲ ਹੋਇਆ ਹਾਂ ਫਿਰ ਆਣ ਕੇ ਸਾਡੇ ਜਿਹੜੇ ਮੁੰਡੇ ਸਨ ਇਹ ਫਿਰ ਇੱਥੇ ਬਾਹਰ ਪੈਂਦੇ ਰਹੇ ਅੰਮ੍ਰਿਤਸਰ ਦੇ ਵਿੱਚ ਲਾਹੌਰ 'ਚ ਵੀ ਆਣ ਕੇ ਇੰਨਾ ਕਤਲੋ ਗਾਰਤ ਕੀਤੀ ਹੈਗੀ ਸਾਡੇ ਪਿੰਡ ਦੀਆਂ ਵੀ ਹਾਂਜੀ ਜਿੱਥੇ ਨਹੀਂ ਸੀ ਉਹ ਜਿੱਥੇ ਆਏ ਆ ਉਸ ਵੇਲੇ ਅੰਮ੍ਰਿਤਸਰ ਦੇ ਲਾਹੌਰ ਦੇ ਵਿੱਚ ਸਿੱਖ ਹਿੰਦੂ ਉਸ ਤਰ੍ਹਾਂ ਵਾਸ ਸਨ ਗਏ ਅਮਨ ਸੀ ਫਿਰ ਸਾਡੇ ਅੰਮ੍ਰਿਤਸਰ ਦੇ ਲੋਕਾਂ ਫਿਰ ਸ਼ੁਰੂ ਕੀਤਾ ਇਹ ਕੰਮ ਉਹਨਾਂ ਕੱਢੇ ਆਣ ਕੇ ਨਹੀਂ ਤੇ ਅਗਰ ਤੁਹਾਨੂੰ ਉਹਨਾਂ ਨੇ ਕੁਝ ਕਿਹਾ ਨਹੀਂ ਸੀ ਸਿੱਖਾਂ ਨੇ ਹਾਂ ਤੇ ਇਹਨਾਂ ਨੇ ਕਿਉਂ ਉਹਨਾਂ ਉੱਤੇ ਜੇ ਸਾਨੂੰ ਨੇ ਕੁਝ ਕਿਹਾ ਅਸੀਂ ਨਿਕਲ ਆਏ ਹਾਂ ਤੇ ਜਿਹੜੇ ਦੂਸਰੇ ਪਿਛਲੇ ਸਾਡੇ ਭਰਾ ਆਉਂਦੇ ਉਹ ਤੇ ਭਰਾ ਸਾਡੇ ਹੀ ਸਨ ਨਾ ਮੁਸਲਮਾਨ ਨਹੀਂ ਉਹ ਤੇ ਹੈ ਸਨ ਹਾਂ ਉਹਨਾਂ ਨੂੰ ਤੇ ਕਤਲ ਉਹ ਕਰਨ ਡਿਆ ਸੀ ਉਹਨਾਂ ਦੇ ਬਦਲੇ ਅਸੀਂ ਇਹਨਾਂ ਨੂੰ ਕਤਲ ਕਰਕੇ ਕੱਢਦੇ ਸਾਂ ਇੱਥੋਂ ਅੱਛਾ ਉਹ ਫਿਰ ਇੰਤਕਾਮ ਦੀ ਅੱਗ ਬੜਾ ਇੰਤਕਾਮ ਬਹੁਤ ਜ਼ਿਆਦਾ ਕਮ ਅਜ਼ ਕਮ 70-75 ਲੱਖ ਮੁਸਲਮਾਨ ਸ਼ਹੀਦ ਹੋਇਆ ਜਿਸ ਵੇਲੇ ਪਾਕਿਸਤਾਨ ਬਣਿਆ ਹਾਂਜੀ ਲੋ ਇਸ ਤਰ੍ਹਾਂ ਸਿੱਖ ਕਰਦੇ ਸਨਗੇ ਸਿੱਖ ਇਸ ਤਰ੍ਹਾਂ ਕਰਦੇ ਸੀ ਕਿ ਨਿੱਕਾ ਬੱਚਾ ਫੜ ਲਿਆ ਨਾ ਕਿਸੇ ਖੋਹ ਲਿਆ ਨਾ ਉਹ ਤਾਂ ਸੁੱਟ ਦਿੱਤਾ ਅਤੇ ਥੱਲੇ ਉਹ ਬਰਛੀ ਦੇਜ਼ਾ ਥੱਲੇ ਲਾ ਦੇਣਾ ਉਹ ਬੱਚੇ ਰਹਿ ਜਿੱਕ ਪਰੋਏ ਜਾਲਾ ਵਿੱਚ ਇਸ ਤਰ੍ਹਾਂ ਬਹੁਤ ਜ਼ਿਆਦਾ ਜ਼ਿਆਦਤੀ ਮੁਸਲਮਾਨ ਮੈਂ ਤੁਹਾਨੂੰ ਦੱਸ ਰਿਹਾ ਕਿ ਤਕਰੀਬਨ 70 ਕੁ ਲੱਖ ਦੇ ਕਰੀਬ ਕਰੀਬ ਮੁਸਲਮਾਨ ਸ਼ਹੀਦ ਹੋਇਆ ਉਹ ਕਹਿੰਦੇ ਨੇ ਸਭ ਨੂੰ ਦੁਨੀਆਂ ਦੀ ਵਾਹਦ 47 ਵੇਲੇ ਦਾ ਟਾਈਮ ਸੀ ਜਦੋਂ ਮੁਸਲਮਾਨ ਅਤੇ ਸਿੱਖ ਮਰਿਆ ਜਿਹੜਾ ਇੰਨਾ ਜ਼ਿਆਦਾ ਮਰਿਆ ਉਹ ਪਹਿਲੀ ਇਹਨਾਂ ਜੰਗਾਂ ਦੇ ਵਿੱਚ ਵੀ ਨਹੀਂ ਮਰਿਆ ਜਿੰਨਾ ਹਾਂ ਇਹਨਾਂ ਨੇ ਜਿਹੜੀਆਂ ਜੰਗਾਂ ਲੱਗੀਆਂ ਨੇ ਤਿੰਨ ਹਾਂਜੀ ਹਿੰਦੁਸਤਾਨ ਪਾਕਿਸਤਾਨ ਦੀਆਂ ਇੰਨਾ ਨਹੀਂ ਨਾ ਉੱਧਰ ਦਾ ਅਤੇ ਨਾ ਇੱਧਰ ਦਾ ਪਾ ਕੇ ਇੰਨਾ ਨਹੀਂ ਮਰਿਆ ਜਿੰਨਾ ਮੁਸਲਮਾਨ ਪਾਕਿਸਤਾਨ ਬਣਿਆ ਮਰਿਆ ਬਹੁਤ ਜ਼ਿਆਦਾ ਮੁਸਲਮਾਨ ਕਤਲ ਹੋਇਆ ਕੋਈ ਪਿੰਡ ਐਸਾ ਸਿਰਫ ਸਾਡਾ ਪਿੰਡ ਜਿਹੜਾ ਸਾਫ਼ ਆਇਆ ਬਾਕੀ ਸਾਰ ਪਿੰਡ ਦੇ ਵਿੱਚ ਮੁਸਲਮਾਨ 'ਚੋਂ ਅੱਧੇ ਤੋਂ ਜ਼ਿਆਦਾ ਕਤਲ ਹੋਏ ਨੇ ਤੁਹਾਡੇ ਪਿੰਡ ਫਿਰ ਆ ਕੇ ਕਿੱਥੇ ਕਿੱਥੇ ਬੈਠੇ ਨੇ ਇੱਥੇ ਪਾਕਿਸਤਾਨ 'ਚ ਹਾਂਜੀ ਪਾਕਿਸਤਾਨ ਜਾਣ ਕੇ ਅਸੀਂ ਤਾਂ ਪਹਿਲੇ ਨਿਆਜ਼ ਬੇਗ ਮੇਰੇ ਕਰੀਬੀ ਜਿਹੜੇ ਚਾਚੇ ਬਾਬੇ ਨੇ ਸਾਰੇ ਨਿਆਜ਼ ਬੇਗ ਹੀ ਨੇ ਠੋਕਰ ਤੇ ਅਸੀਂ ਫਿਰ 10 ਸਾਲ ਬਾਅਦ ਅਸੀਂ ਇੱਥੇ ਆ ਗਏ ਸਾਡਾ ਪਿੰਡ ਜ਼ਿਆਦਾ ਆਹ ਜਿਹੜਾ ਪਿੰਡ ਹੈ ਨਾ ਇਹ ਸਾਰਾ ਪਿੰਡ ਦੇ ਬਾਰੇ ਦੱਸੋ ਕਿਹੜਾ ਖਾਨਕੋਟ ਦਾ ਹੈ ਖਾਨਕੋਟ ਦੇ ਲੋਕ ਹਾਂ ਹਾਂ ਅੱਛਾ ਜੀ ਤੇ ਇਹ ਪਿੰਡ ਕਿਹੜਾ ਜੀ ਤੁਹਾਡਾ ਜਿੱਥੇ ਬੈਠੇ ਹੋ ਇਸ ਪਿੰਡ ਦਾ ਨਾਮ ਮਦਾਰ ਪੂਰਾ ਨਾਮ ਮਦਾਰ ਹਾਂ
ਮਗਰਬ ਸਾਈਡ 'ਤੇ ਹੈਗਾ ਜੰਡਿਆਲਾ ਸ਼ੇਰ ਖਾਂ, ਹਾਂਜੀ ਹਾਂਜੀ, ਸ਼ਮਾਲ ਅਤੇ ਮਗਰਬ ਦੀ ਕੋਣੇ ਦੇ ਵਿੱਚ ਹੈਗਾ ਕੜਿਆਲ, ਕੜਿਆਲ ਹਾਂਜੀ, ਸ਼ਮਾਲ ਸਾਈਡ 'ਤੇ ਬਿਲਕੁਲ ਗਰਮੂਲਾ, ਹਾਂਜੀ ਹਾਂਜੀ, ਜਿਹੜਾ ਮਸ਼ਰਕ ਸਾਈਡ ਆ ਇੱਧਰ ਸਬਸਾ ਟੱਡਾ, ਸਬਸਾ ਟੱਡਾ। ਇਹ ਪਿੰਡ ਜਦੋਂ ਤੁਸੀਂ ਇੱਥੇ ਆਏ ਹੋ ਕਿਹੜੇ ਸਨ 'ਚ ਆਏ ਹੋ ਇਸ ਪਿੰਡ? ਅਸੀਂ ਇੱਥੇ 55 'ਚ ਆਏ ਹਾਂ, 55 'ਚ ਆਏ ਹਾਂ। ਕਾਫੀ ਵੱਡਾ ਪਿੰਡ ਸੀ? ਨਹੀਂ, ਕੋਈ ਏਡਾ ਵੱਡਾ ਪਿੰਡ ਨਹੀਂ ਸੀ, ਨਾਰਮਲ ਸੀ। ਇੱਥੇ ਤਾਂ ਕੋਈ ਸੜਕ ਨਹੀਂ ਸੀ ਪੱਕੀ, ਕੋਈ ਘਰ ਨਹੀਂ ਸੀ ਪੱਕਾ, ਹਾਂਜੀ ਹਾਂਜੀ, ਕੋਈ ਕਨਵੀਨੈਂਸ ਨਹੀਂ ਸੀ ਇਸ ਪਿੰਡ ਦੇ ਵਿੱਚ ਹੈਗੀ ਜਾਣ ਵਾਸਤੇ, ਬਿਲਕੁਲ ਕੋਈ ਚੀਜ਼, ਬੈਕਵਰਡ ਪਿੰਡ ਸੀ। ਸਿੱਖ ਰਹਿੰਦੇ ਸਨ ਇਸ ਪਿੰਡ ਦੇ? ਸਾਡੇ ਆਉਣ ਤੋਂ ਪਹਿਲਾਂ, ਹਾਂਜੀ, ਉਹਨੂੰ ਪਹਿਲਾਂ 47 ਤੋਂ ਪਹਿਲਾਂ ਤਾਂ ਰਹਿੰਦੇ ਹੀ ਸਨ ਨਾ, ਲੇਕਿਨ ਸਿੱਖਾਂ ਦਾ ਪਿੰਡ ਸੀ ਇਹ, ਸਿੱਖਾਂ ਦਾ ਪਿੰਡ ਸਾਰਾ। ਇੱਥੇ ਗੁਰਦੁਆਰਾ ਵਗੈਰਾ ਹੈਗਾ ਸੀ? ਹੈਗਾ ਸੀ। ਕੱਚਾ ਸੀ ਕਿ ਪੱਕਾ ਸੀ? ਪੱਕਾ। ਗੁਰਦੁਆਰਾ ਲੈਂਦੇ ਸਾਈਡ ਤੇ ਸੀਗਾ, ਹਾਂਜੀ, ਤੇ ਮਸਜਿਦ ਜਿਹੜੀ ਉਹ ਚੜ੍ਹਦੇ ਸਾਈਡ ਤੇ ਸੀ, ਲੇਕਿਨ ਉਹਨਾਂ ਦੀ ਜਿਹੜੀ ਬੈਕ ਸਾਈਡ ਦੀ ਨੀਹਾਂ ਸਨ ਉਹ ਇਕੱਠੀਆਂ ਸਨ, ਸਿੱਖਾਂ ਇਸ ਤਰ੍ਹਾਂ ਬਣਵਾਇਆ ਸੀ ਇਸ ਪਿੰਡ ਨੂੰ। ਅੱਛਾ, ਉਦੋਂ ਮੁਸਲਮਾਨ ਵੀ ਰਹਿੰਦੇ ਸੀ ਇਹਦਾ ਮਤਲਬ? ਹਾਂ, ਮੁਸਲਮਾਨ ਵੀ ਹੈ ਸਰ, ਲੇਕਿਨ ਮਾਲਕ ਨਹੀਂ ਸਨ। ਮਾਲਕ ਸਿੱਖ ਹੀ ਸਨ? ਮਾਲਕ ਸਿੱਖ ਹੀ ਸਨ। ਤੇ ਮਕਾਨ ਪੱਕੇ ਸਨ ਇਸ ਪਿੰਡ ਦੇ ਵਿੱਚ? ਇੱਕ ਦੋ ਪੱਕੇ ਸੀ, ਬਾਕੀ ਸਾਰੇ ਕੱਚੇ ਸਰ। ਰਾਜਪੂਤ ਘਰ ਆ, ਉਹਨਾਂ ਰਿਹਾਇਸ਼ ਕੀਤੀ ਉਹਦੇ ਚ, ਕਾਫੀ ਦੇਰ ਉਹ ਮੁਸ਼ਤਰਕਾ ਰਿਹਾ, ਉਸ ਤੋਂ ਬਾਅਦ ਉਹਨਾਂ ਫਿਰ ਉਹਤੇ ਕਬਜ਼ਾ ਕੀਤਾ, ਅੱਜ ਕੱਲ ਉਹ ਹੀ ਨੇ ਗੇ। ਉਹਨਾਂ ਨੇ ਸ਼ਹੀਦ ਕਰਤਾ, ਢਾ ਦਿੱਤਾ ਸਾਰਾ, ਸ਼ਹੀਦ ਹੀ ਕਰ ਛੱਡਿਆ। ਅੱਛਾ ਜੀ। ਮਸਜਿਦ ਨਾਲ ਨਾਲ ਘਰ ਅਸਾਂ ਲੈ ਕੇ ਜਿਹੜੇ ਸਨ ਲੋਕਾਂ ਦੇ ਕੋਲ, ਛੋਟੀ ਮਸਜਿਦ ਸੀ, ਹੁਣ ਤੇ ਕਾਫੀ ਵੱਡੀ ਮਸਜਿਦ ਆ, ਨਾਲ ਨਾਲ ਘਰ ਲੈ ਕੇ ਤੇ ਫਿਰ ਬੜੀ ਮਸਜਿਦ ਬਣਾ ਦਿੱਤੀ। ਹੁਣ ਇੱਥੇ ਤੁਹਾਡਾ ਕਿਸ ਤਰ੍ਹਾਂ ਦਾ, ਇੱਥੇ ਤੁਹਾਨੂੰ ਪਹਿਲੀ ਜ਼ਮੀਨ ਸਾਰਾ ਕੁਛ ਇੱਥੇ ਮਿਲਿਆ ਆ ਕੇ? ਹਾਂ, ਮਿਲ ਗਿਆ ਸਾਰਾ ਕੁਛ। ਹਾਂ, ਮਿਲ ਗਿਆ, ਜਿੰਨੀ ਉਧਰ ਤੁਹਾਡੀ ਵਾਈ ਸੀ ਉਨੀ ਇੱਧਰ ਮਿਲੀ? ਹਾਂ, ਨਹੀਂ ਸਾਨੂੰ ਤਾਂ ਘੱਟ ਮਿਲੀ ਹੈਗੀ, ਹਾਂਜੀ, ਸਾਡੇ ਯੂਨਿਟ ਦੇ ਹਿਸਾਬ ਨਾਲ ਘੱਟ ਮਿਲੀ ਆ। ਸਹੀ ਹੋ ਗਿਆ। ਇੱਥੇ ਹੁਣ ਤੁਸੀਂ ਵਾਈ ਸ਼ਾਈ ਕਰਾਉਂਦੇ ਪਏ ਹੋ? ਅਸੀਂ? ਹਾਂ, ਮੈਂ ਵਾਈ ਕਰ ਆਉਂਦੇ ਅਸੀਂ। ਠੀਕ ਹੋ ਗਿਆ। ਤੇ ਮੈਨੂੰ ਦੱਸੋ, ਤੁਹਾਨੂੰ ਆਪਣਾ ਪਿੰਡ ਯਾਦ ਆਉਂਦਾ ਪਿਛਲਾ? ਮੈਂ ਤੁਹਾਨੂੰ ਦੱਸਣਾ ਹੈ ਕਿ ਮੈਨੂੰ ਕੋਈ ਕਵੇ ਤੇ ਮੈਂ ਕਾਗਜ਼ ਪੈਨਸਲ ਤੇ ਉਸ ਪਿੰਡ ਦਾ ਨਕਸ਼ਾ ਬਣਾ ਸਕਦਾ। ਐਡਾ ਪਿੰਡ ਯਾਦ ਹੈ? ਆਹ ਕਿਵੇਂ ਬਣਿਆ ਹੈ? ਕਿਵੇਂ ਬਣਿਆ ਹੈ ਸਾਨੂੰ ਹਰ ਗੱਲ ਦਾ ਪਤਾ? ਤੁਹਾਨੂੰ ਹਾਂਜੀ, ਹਰ ਚੀਜ਼ ਦਾ ਮੈਨੂੰ ਪਤਾ ਉਸ ਪਿੰਡ ਦਾ। ਦੁਕਾਨਾਂ ਕਿੰਨੀਆਂ ਸਨ ਉਸ ਪਿੰਡ? ਦੁਕਾਨਾਂ 1, 2 ਤੇ 3 ਘੁਮਿਆਰ ਸੀ, ਉਹਦੀ ਦੁਕਾਨ ਵੱਡੀ ਸੀਗੀ। ਇੱਕ ਸਾਡੇ ਚੌਕੀਦਾਰ ਸੀ, ਉਹਨਾਂ ਵੀ ਪਾਈ ਸੀ ਨਿੱਕੀ ਜਿਹੀ ਦੁਕਾਨ। ਮੇਲਾ ਸ਼ੇਲਾ ਲੱਗਦਾ ਤੁਹਾਡੇ ਪਿੰਡ? ਹਾਂ, ਹੈ ਸੀ ਛੋਟਾ ਜਿਹਾ, ਖੂਹੀ ਦਾ ਮੇਲਾ ਸੀ ਨਾ, ਹੁੰਦਾ ਛੋਟਾ ਜਿਹਾ, ਵੱਲੇ ਬਹੁਤ ਵੱਡਾ ਲੱਗਦਾ ਸੀ, ਬਹੁਤ ਕਬੱਡੀ ਕਹਿੰਦੇ ਉੱਥੇ, ਬੜੇ ਬਾਹੀ ਦੁਨੀਆਂ ਹੁੰਦੀ ਸੀ ਉੱਥੇ, ਪਤੰਗ ਗੁੱਡੀ ਬਹੁਤ ਚੱਲਦੀ ਸੀ। ਉਹ ਕਿਹੜਾ ਮੇਲਾ ਸੀ? ਨਾਂ ਕਿਸ ਮੇਲੇ ਦਾ? ਕੋਠੇ ਦਾ ਮੇਲਾ ਉਹਨੂੰ ਕਹਿੰਦੇ ਸੀ, ਕੋਠੇ ਦਾ ਮੇਲਾ। ਕਿੰਨੇ ਦਿਨ? 2 ਦਿਨ ਲੱਗਦਾ ਸੀ? ਹੈਂ? 2 ਦਿਨ? 3 ਦਿਨ? 3 ਦਿਨ ਲੱਗਦਾ ਸੀਗਾ। ਅੰਮ੍ਰਿਤਸਰ ਬਹੁਤ ਜ਼ਿਆਦਾ ਉੱਥੇ ਜਾਂਦਾ ਸੀ। ਤੁਸੀਂ ਵੀ ਜਾਂਦੇ ਸੀ? ਸਾਡੇ ਤਾਂ ਨਾਲ ਸੀ, ਨਾਲੇ ਮੈਂ ਪੜ੍ਹਦਾ ਵੀ ਉੱਥੇ ਹੀ ਸੀਗਾ। ਅੱਛਾ। ਹਾਂਜੀ, ਪ੍ਰਾਇਮਰੀ ਮੈਂ ਉੱਥੇ ਕੀਤੀ ਆ, ਨਾਲ ਨਾਲ ਜ਼ਮੀਨ ਸਾਡੀ ਤੇ ਨਾਲ ਸੀ, ਉੱਥੋਂ ਗੁੱਡੀਆਂ ਟੁੱਟ ਟੁੱਟ ਕੇ, ਅੰਮ੍ਰਿਤਸਰ ਦੀਆਂ ਗੁੱਡੀਆਂ ਵੀ ਟੁੱਟ ਟੁੱਟ ਸਾਡੇ ਪਿੰਡ ਪੈਂਦੀਆਂ ਸੀ, ਵੱਲੇ ਦੀਆਂ ਵੀ ਡਿੱਗਦੀਆਂ ਰਹਿੰਦੀਆਂ ਸਨ। ਸਹੀ ਹੋ ਗਿਆ। ਆਹ ਚੀਜ਼ ਆ। ਅੱਛਾ ਪਿੰਡ ਸੀ ਉਹ ਵੀ ਤੁਹਾਡਾ? ਹਾਂਜੀ, ਯਾਨੀ ਕਿ ਅਮੀਰ ਦੀ ਜਾਣ ਹੋਇਆ ਉੱਧਰ, ਜਾਂ ਕੋਈ ਉੱਧਰ ਦਾ ਬੰਦਾ ਮਿਲਿਆ ਤੁਹਾਨੂੰ? ਸਾਡੇ ਉਹ ਸਿੱਖ ਸੀ ਨਾ, ਹਾਂਜੀ, ਉਹਦਾ ਪੁੱਤਰ ਵੱਡਾ ਜਿਹੜਾ ਸਾਡੇ ਨਾਲ ਅੱਗੇ ਪੜ੍ਹਦਾ ਸੀ ਜਗੀਰ, ਉਹ ਆਇਆ ਸੀਗਾ। ਕਿੱਥੇ? ਇੱਥੇ ਆਇਆ ਸੀ ਤੁਹਾਨੂੰ ਮਿਲਣ? ਹਾਂ, ਮਿਲਣ ਆਇਆ ਸੀ। ਇੱਥੋਂ ਸਾਡੇ ਪਿੰਡ ਨੂੰ ਗਏ ਸਨ ਇੱਕ ਮੁਹੰਮਦਲੀ ਸ਼ਾਹ, ਇੱਕ ਚਾਚਾ ਬੱਕਾ ਹੁੰਦਾ ਸੀ ਲਾਹੌਰ 'ਚ ਸਾਡੇ ਪਿੰਡ ਦਾ, ਉਹ 2 ਗਏ ਸਰ ਗਏ ਉਸ ਪਿੰਡ ਦੇ ਵਿੱਚ। ਹਾਂ, ਅੱਜ ਕੱਲ੍ਹ ਤਾਂ ਉਹ ਪਿੰਡ ਨਾ ਕਿ ਮਹੱਲਾ ਹੈ ਅੰਮ੍ਰਿਤਸਰ ਦਾ, ਉੱਥੇ 8-9 ਲੱਖ ਨੂੰ ਮਰਲਾ ਜ਼ਮੀਨ ਵਿਕਦੀ ਹੈ,
ਯੂਨੀਵਰਸਿਟੀਆਂ ਵੀ ਉੱਥੇ ਅਗਰ ਕੋਈ ਰਾਬਤਾ ਕਰਨਾ ਚਾਹੇ ਤੁਹਾਡੇ ਨਾਲ ਮੇਰੇ ਨਾਲ ਪੜ੍ਹਦਾ ਸੀ ਉੱਥੇ ਨੰਦ ਮੁੰਡਾ ਹਿੰਦੂ ਆਪਣਾ ਬਾਹਮਣਾ ਦਾ ਸੀ ਹਾਂਜੀ ਵੈਸੇ ਕਾਬਲ ਸੀ ਮੁੰਡਾ ਉਹ ਹਾਂਜੀ ਮੈਥ ਤੋਂ ਨਹੀਂ ਸੀ ਏਡਾ ਜਿੰਨਾ ਕਿ ਮੈਂ ਸੀ ਕਾਬਲ ਹਾਂਜੀ ਉਰਦੂ ਉਰਦੂ ਮੈਨੂੰ ਕੋਈ ਨਹੀਂ ਸੀ ਆਉਂਦਾ ਮੈਨੂੰ ਮੈਥ ਸਹੀ ਆਉਂਦਾ ਸੀਗਾ ਹਾਂਜੀ ਆਹ ਅਤੇ ਇੱਕ ਜੁੱਗੀ ਮੁੰਡਾ ਸੀਗਾ ਖੁਦਾ ਜਾਣਾ ਮਰ ਗਏ ਨੇ ਹੈਗੇ ਨੇ ਜੇ ਹੈ ਤਾਂ ਮੈਂ ਉਹਨਾਂ ਨੂੰ ਸਲਾਮ ਕਹਿੰਦਾ ਹਾਂਜੀ ਜੇ ਉਹ ਚਲੇ ਗਿਆ ਤੇ ਅੱਲਾ ਵਾਰਸ ਉਹਨਾਂ ਦਾ ਅਸੀਂ ਕੋਸ਼ਿਸ਼ ਕਰਾਂਗੇ ਜੀ ਤੁਹਾਡਾ ਪਿੰਡ ਤੁਹਾਨੂੰ ਵਿਖਾ ਸਕੀਏ ਉੱਥੋਂ ਦੀ ਕੋਈ ਬੰਦਾ ਭਰਾ ਵੀਡੀਓ ਤੁਹਾਨੂੰ ਵਿਖਾ ਦੇ ਅਤੇ ਤੁਹਾਨੂੰ ਵਿਖਾਵਾਂਗੇ ਲਿਆ ਕੇ ਇੱਥੇ ਇਨਸ਼ਾਅੱਲਾ ਠੀਕ ਹੈ ਅਤੇ ਤੁਸੀਂ ਵੇਖ ਸਕਦੇ ਹੋ ਫਿਰ ਆਪਣਾ ਪਿੰਡ ਕਿੱਦਾਂ ਦਾ ਬਣ ਜੀ ਹਾਂ ਅਤੇ ਅਗਰ ਉਹ ਤੁਹਾਡੇ ਯਾਰ ਜ਼ਿੰਦਾ ਹੋਏ ਅਤੇ ਤੁਹਾਡੇ ਨਾਲ ਗੱਲ ਵੀ ਕਰਵਾ ਦਿਆਂਗੇ ਠੀਕ ਹੈ ਠੀਕ ਹੈ ਜੀ ਹਾਂਜੀ ਉੱਥੇ ਅੰਬਰ ਸਾਹਿਬ ਖਾਨਕੋਟ ਦੇ ਹੈਗੇ ਨੇ ਜਗੀਰ ਹਾਂਜੀ ਅਤੇ ਅਜੀਤ ਦੋ ਭਰਾ ਨੇਗੇ ਦੋ ਭਰਾ ਸਾਡੇ ਅੰਬਰ ਸਾਹਿਬ ਹੀ ਸਨਗੇ ਹਾਂਜੀ ਜਿਸਲੇ ਜਥਾ ਪੈਂਦਾ ਸੀ ਉਹ ਬਾਹਰ ਨਿਕਲੇ ਮੇਰੇ ਵਾਲ ਸਾਹਿਬ ਨੇ ਤੂੰ ਬਾਹਰ ਨਾ ਆਉਣਾ ਰਾਮ ਸਿੰਘ ਤੂੰ ਘਰੇ ਰਿਹਾ ਕਰ ਸ਼ਾਇਦ ਕਿਸੇ ਕੋਲ ਭੁੱਲ ਕੇ ਤੈਨੂੰ ਨਾ ਲੱਗ ਜਾਏ ਕੋਈ ਚੀਜ਼ ਅਤੇ ਇਸ ਕਰਕੇ ਉਹਨੂੰ ਨਹੀਂ ਸੀ ਬਾਹਰ ਆਉਣ ਦਿੰਦੇ ਚਲੋ ਜੀ ਬੜਾ ਚੰਗਾ ਲੱਗਾ ਜੀ ਬਜ਼ੁਰਗੋ ਬੜੀਆਂ ਅੱਛੀਆਂ ਗੱਲਾਂ ਕੀਤੀਆਂ ਤੁਸੀਂ ਬਸ ਠੀਕ ਹੈ ਜੀ ਇੰਨੇ ਬਹੁਤ ਹੈ ਸਾਡੇ ਵਾਸਤੇ ਸਾਡੀ ਨਸਲਾਂ ਨੂੰ ਪਤਾ ਲੱਗੇ ਕਿੱਦਾਂ ਪਾਕਿਸਤਾਨ ਬਣਿਆ ਹਾਂਜੀ ਪਾਕਿਸਤਾਨ ਬਹੁਤ ਮੁਸ਼ਕਲ ਬਣਿਆਗਾ ਹਾਂਜੀ ਇਹ ਚੀਜ਼ਾਂ ਬਸ ਜੀ ਅਸੀਂ ਪੁੱਛਣਾ ਚਾਹੁੰਦੇ ਮੈਨੂੰ ਸਿਰਫ ਇੱਕ ਮੈਂ ਹੋਰ ਚੀਜ਼ ਪੁੱਛਣੀ ਸੀ ਕਿ ਜਦੋਂ ਤੁਹਾਡੀ ਈਦ ਹੁੰਦੀ ਸੀ ਆਪਣੇ ਇੱਥੇ ਉੱਥੇ ਕਿੱਥੇ ਕੁਰਬਾਨੀ ਵਾਲੀ ਈਦ ਹੁੰਦੀ ਸੀ ਉਦੋਂ ਗਾਂ ਬੱਕਰਾ ਜਾਂ ਵੱਛਾ ਜੋ ਵੀ ਹਲਾਲ ਕਰਦੇ ਸੀ ਉੱਥੇ ਤੁਹਾਨੂੰ ਇਜਾਜ਼ਤ ਹੁੰਦੀ ਸੀ ਕਰਨ ਦੀ ਕਿ ਨਹੀਂ ਹੁੰਦੀ ਸੀ ਇਜਾਜ਼ਤ ਸੀ ਮੈਂ ਸੁਣਿਆ ਨਾ ਕਈ ਪਿੰਡਾਂ ਦੇ ਵਿੱਚ ਸਿੱਖ ਰਹਿੰਦੇ ਉਹ ਜਿੱਥੇ ਰਲ ਕੇ ਹਿੰਦੂ ਸਿੱਖ ਮੁਸਲਮਾਨ ਰਹਿੰਦੇ ਸੀ ਉੱਥੇ ਉਹ ਹਿੰਦੂ ਸਿੱਖ ਨਹੀਂ ਸੀ ਕਰਨ ਦਿੰਦੇ ਸਾਡੇ ਵੱਡੀ ਅਤੇ ਇੱਕ ਹੋਠੀਆਂ ਪਿੰਡ ਸੀ ਉੱਥੋਂ ਦੇ ਲੋਕਾਂ ਨੇ ਗਾਵਾਂ ਅੰਮ੍ਰਿਤਸਰੋਂ ਜ਼ਬਾ ਕਰਾ ਕੇ ਲਿਆਉਂਦੀਆਂ ਸੀ ਅਤੇ ਵੱਲੇ ਦੇ ਲੋਕਾਂ ਨੇ ਲੋਕ ਉਹਨਾਂ ਨੂੰ ਪੁਲ ਨਹਿਰ ਦੀ ਅਤੇ ਡੱਕ ਕੇ ਉਹਨਾਂ ਨੂੰ ਮਾਰਿਆ ਸੀਗਾ ਕਤਲ ਕਰ ਦਿੱਤਾ ਉਠੀ ਪਿੰਡ ਸੀ ਮੁਸਲਮਾਨਾਂ ਦਾ ਜੱਟਾਂ ਦਾ ਪਿੰਡ ਸੀ ਉਹਨਾਂ ਨੂੰ ਮਾਰਿਆ ਸੀ ਜਿਹੜਾ ਕੋਈ ਬਚਿਆ ਉਹ ਨਹਿਰ ਛਾਲਾ ਮਾਰ ਕੇ ਅਤੇ ਲੰਘ ਕੇ ਬਾਹਰ ਬਚ ਕੇ ਰਹੇ ਦੇਖਿਆ ਸਾਡਾ ਪਿੰਡ ਸੀ ਮੁਸਲਮਾਨਾਂ ਦਾ ਇੱਕ ਹੀ ਉਹ ਬਿਲ ਤਾਂ ਇੱਥੇ ਕੋਈ ਕਰਦੇ ਨਹੀਂ ਸੀ ਮੈਂ ਇੱਕ ਹਿਸਾਬ ਲਾਇਆ ਉੱਥੇ ਅਗਰ ਪਿੰਡ ਦੇ ਮੁਸਲਮਾਨਾਂ ਦੇ ਪਿੰਡ ਸਾਨੂੰ ਜ਼ਿਆਦਾ ਉੱਧਰ ਬੈਠੇ ਸਨ ਉਸ ਸਾਈਡ 'ਤੇ ਜਿੱਧਰੋਂ ਆਏ ਨੇ ਪੂਰਾ ਪੂਰਾ ਪਿੰਡ ਹੀ ਬੈਠਾ ਸੀ ਹਾਂਜੀ ਇੱਧਰ ਸਿੱਖਾਂ ਦੇ ਜ਼ਿਆਦਾ ਪਿੰਡ ਬੈਠੇ ਸਨ ਜਿੱਦਾਂ ਤੁਹਾਡਾ ਇੱਧਰ ਸਿੱਖ ਜ਼ਿਆਦਾ ਸਨ ਉਹ ਫਿਰ ਪਿੰਡਾਂ ਦੇ ਪਿੰਡ ਹੀ ਚਲੇ ਗਏ ਅਤੇ ਇੱਧਰ ਆ ਗਏ ਹਾਂ ਠੀਕ ਹੋ ਗਿਆ ਬਿਲਕੁਲ ਹੋਰ ਪੁੱਛੋ ਜੋ ਪੁੱਛਣਾ ਜਨਾਬ ਤੁਸੀਂ